न हो वही जे लाए रहा लवतार उखिया भुख न उतरी जे पन्ना पुरिया पार सहस्यान पालक हो हे ता इक न चले नाल किव सचियारा होइए किव कूड़े तुटे पाल हुकम रजाई चलना नानक लिखिया ना। ਸਸ਼ਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਪ੍ਰਿਆ ਲਖਨਪਾਲ ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਫੇਵਰੇਟ ਸ਼ੋਅ ਸਾਂਝ ਰੇਡੀਓ ਟੋਰਾਂਟੋ ਵਿਦ ਯੋਰ ਫੇਵਰੇਟ ਆਰਟਿਸਟ ਰਾਜਿੰਦਰ ਸਿੰਘ ਐਂਡ ਸਰਬਜੀਤ ਸਿੰਘ। ਜਿੰਨੀ ਤੂੰ ਆਪਣੀ ਕੇਅਰ ਕਰਦਾ ਹੈ, ਕਦੇ ਆਪਣੀ ਫੈਮਿਲੀ ਦੀ ਸੇਫਟੀ ਉਹਨਾਂ ਦੀ ਪ੍ਰੋਟੈਕਸ਼ਨ ਬਾਰੇ ਸੋਚਿਆ? ਕੀ ਮਤਲਬ? ਉਹ ਮਤਲਬ ਇਹ, ਰੱਬ ਨਾ ਕਰੇ ਜੇ ਤੈਨੂੰ ਕਦੇ ਕੁਝ ਹੋ ਜਾਵੇ ਉਹਨਾਂ ਦਾ ਕੀ ਬਣੂ, ਸੋਚਿਆ ਕਦੇ? ਹਾਂ ਉਹ ਨਹੀਂ। ਇਸੇ ਕਰਕੇ ਕੈਨੇਡੀਅਨ LIC ਦੇ ਹਰਪ੍ਰੀਤ ਪੁਰੀ ਤੇਰੇ ਲਈ ਇੱਕ ਖਾਸ ਸੋਲੂਸ਼ਨ ਲੈ ਕੇ ਆਏ ਨੇ। ਹੁਣ ਜਿਵੇਂ ਤੂੰ ਸੈਲਫ ਇੰਪਲੋਇਡ ਹੈ ਜਾਂ ਕੋਈ ਜੌਬ ਕਰਦਾ ਹੋਵੇ ਤੇ ਰੱਬ ਨਾ ਕਰੇ ਕਦੇ ਕੁਝ ਹੋ ਜਾਵੇ ਤਾਂ ਤੇਰੇ ਮੰਥਲੀ ਐਕਸਪੈਂਸਿਸ, ਰੈਂਟਲਸ, ਕਾਰ ਲੋਨਸ, ਮੋਰਗੇਜਸ, ਉਹਨਾਂ ਦਾ ਕੀ ਬਣੂ? ਕੈਨੇਡੀਅਨ LIC ਦੇ ਲੋਨ ਪ੍ਰੋਟੈਕਸ਼ਨ ਪਲਾਨ ਵਿੱਚ ਅਪ ਟੂ 5,000 ਮੰਥਲੀ ਐਕਸਪੈਂਸਿਸ ਕਵਰਡ ਨੇ। ਹੁਣ ਇਹ ਕਿਵੇਂ ਹੋਊਗਾ ਤਾਂ ਕਾਲ ਕਰਨਾ 416-543-9000, ਜਾਣੀ ਕਿ ਹਰਪ੍ਰੀਤ ਪੁਰੀ ਨੂੰ 416-543-9000। ਮਿੱਤਰੋ, ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਵੀ ਕੰਮ ਹੈਗਾ ਤੇ ਹਮੇਸ਼ਾ ਯਾਦ ਰੱਖੋ ਸੰਦੀਪ ਸਿੰਘ ਜੀ ਨੂੰ, ਡਰਾਈਵ ਟੂ ਇਮੀਗ੍ਰੇਸ਼ਨ ਨੂੰ ਲੀਡ ਕਰ ਰਹੇ ਹੈਗੇ ਨੇ। ਐਕਸਪ੍ਰੈਸ ਐਂਟਰੀ ਦੇ ਰਿਲੇਟਡ ਕੋਈ ਵੀ ਕੁਐਸਚਨ ਪੁੱਛਣਾ, ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ, ਫੈਮਿਲੀ ਸਪੌਂਸਰਸ਼ਿਪ, ਸਪਾਊਸਲ ਸਪੌਂਸਰਸ਼ਿਪ, LMI ਐਪਲੀਕੇਸ਼ਨ, ਸਟੱਡੀ ਪਰਮਿਟ ਐਕਸਟੈਂਸ਼ਨ, TNP ਦੇ ਪ੍ਰੋਗਰਾਮ, ਸਿਟੀਜ਼ਨਸ਼ਿਪ, PR ਕਾਰਡ ਐਕਸਟੈਂਡ ਕਰਵਾਉਣਾ ਹੈਗਾ, ਹਮੇਸ਼ਾ ਯਾਦ ਰੱਖੋ ਡਰਾਈਵ ਟੂ ਇਮੀਗ੍ਰੇਸ਼ਨ। ਸੰਦੀਪ ਸਿੰਘ ਜੀ ਦਾ ਨੰਬਰ ਹੈਗਾ 6476739025। 647-673-9025 ਤੇ ਗੱਲਬਾਤ ਕੀਤੀ ਜਾ ਸਕਦੀ। ਉਹ ਕੀ ਗੱਲ ਯਾਰ, ਤੂੰ ਘਰ ਫੇਰ ਸ਼ਿਫਟ ਕਰ ਰਿਹਾ ਹੈ? ਹਾਂ ਯਾਰ, ਲੈਂਡ ਲਾਰਡ ਦੀ ਉਹੀ ਖਿੱਚਪਿੱਟ, ਰੈਂਟ ਟਾਈਮ ਤੇ ਨਹੀਂ ਆਇਆ, ਰੈਂਟ ਹੋਰ ਵਧਾਓ ਤੁਸੀਂ ਘਰ ਦੀ। ਮੈਂ
ਸਸਿਕਾਲ ਅਦਾਬ ਨਮਸਕਾਰ ਐਂਡ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਮੈਂ ਤੁਹਾਡਾ ਛੋਟਾ ਵੀਰ ਰਾਜਿੰਦਰ ਸਿੰਘ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਾਬ ਜੀ ਮੈਂ ਹਾਂ ਤੁਹਾਡਾ ਆਪਣਾ ਸਰਬਜੀਤ ਸਿੰਘ ਤੇ ਅਸੀਂ ਲੈ ਕੇ ਆਏ ਜੀ ਤੁਹਾਡਾ ਆਪਣਾ ਪ੍ਰੋਗਰਾਮ ਜਿਹਦਾ ਨਾਮ ਹੈ ਸਾਂਝ ਰੇਡੀਓ ਟੋਰਾਂਟੋ ਬਿਲਕੁਲ ਜੀ ਬਿਲਕੁਲ ਮਾਲਵੇ ਦੇ ਚੋਬਰ ਲੈ ਕੇ ਆ ਗਿਆ ਤੁਹਾਡਾ ਆਪਣਾ ਪ੍ਰੋਗਰਾਮ ਸਾਂਝ ਰੇਡੀਓ ਟੋਰਾਂਟੋ ਤੇ ਉਮੀਦ ਹੈ ਜੀ ਅੱਜ ਦਾ ਦਿਨ ਤੁਸੀਂ ਬੜਾ ਵਧੀਆ ਤਰੀਕੇ ਦੇ ਨਾਲ ਹੰਡਾਇਆ ਹੋਣਾ ਦਿਨ ਅੱਜ ਸੋਮਵਾਰ ਦਾ ਵੈਸੇ ਤਾਂ ਕਹਿੰਦੇ ਆ ਮੰਡੇ ਬਲੂਜ਼ ਪਰ ਜੇ ਆਪਾਂ ਗੱਲਬਾਤ ਕਰੀਏ ਸ਼ਾਮ ਦੇ ਪ੍ਰੋਗਰਾਮਾਂ ਦੀ AM 530 ਦੇ ਉੱਤੇ ਤੇ ਬਿਲਕੁਲ ਵੀ ਨਹੀਂ ਲੱਗਦਾ ਸਗੋਂ ਚਾਹ ਚੜ ਜਾਂਦਾ ਵੀ ਵੀਕਡੇਜ਼ ਆ ਗਿਆ ਤੇ ਸ਼ਾਮ ਨੂੰ ਹੋਰ ਵੀ ਐਂਟਰਟੇਨਮੈਂਟ ਬਣਾਉਣ ਲਈ ਪੂਰਾ 6 ਤੋਂ 9 ਜ਼ੋਰ ਲਾਉਂਦੇ ਆ ਜੀ ਨਵੀਂ ਸਿੱਧੂ ਜੀ ਉਸ ਤੋਂ ਬਾਅਦ ਤੁਹਾਡੀ ਆਪਣੀ ਟੀਮ ਸਾਂਝ ਰੇਡੀਓ ਟੋਰਾਂਟੋ 9 ਤੋਂ 10 ਤੇ ਸਾਡੇ ਤੋਂ ਬਾਅਦ 10 ਕਦਮ 10 ਤੋਂ 12 ਸੋ ਪੂਰਾ ਈਵਨਿੰਗ ਦਾ ਪੈਕੇਜ AM 530 ਤੇ ਇੰਜੋਏ ਕਰੋ ਜੀ ਤੁਹਾਡਾ ਆਪਣਾ ਪ੍ਰੋਗਰਾਮ ਸਾਂਝ ਰੇਡੀਓ ਟੋਰਾਂਟੋ ਧੰਨਵਾਦ ਕਰਦੇ ਆ ਸਾਡੇ ਸਰੋਤਿਆਂ ਦੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜੁੜਨ ਵਾਸਤੇ ਤੇ ਫੇਸਬੁੱਕ ਤੇ ਵੀ ਸਰੋਤੇ ਜੁੜ ਚੁੱਕੇ ਨੇ ਸਾਡੇ ਨਾਲ ਤੇ ਬਿਲਕੁਲ ਜੇ ਸਾਡੇ ਸਰੋਤਿਆਂ ਨੇ ਸਾਨੂੰ ਫੇਸਬੁੱਕ ਤੇ ਵੀ ਦੇਖਣਾ ਹੈਗਾ ਤੇ ਸਾਂਝ ਰੇਡੀਓ ਟੋਰਾਂਟੋ ਦਾ ਫੇਸਬੁੱਕ ਦਾ ਪੇਜ ਜਾ ਕੇ ਲਾਈਕ ਤੇ ਸ਼ੇਅਰ ਕਰੋ ਤੇ ਉਹਨੂੰ ਫੋਲੋ ਵੀ ਕਰੋ ਚਾਹੇ ਯੂਟਿਊਬ ਹੋਵੇ ਚਾਹੇ ਇੰਸਟਾਗ੍ਰਾਮ ਹੋਵੇ ਕਿਤੇ ਵੀ ਜਾ ਕੇ ਤੁਸੀਂ ਸਾਨੂੰ ਦੇਖ ਸਕਦੇ ਹੋ ਤੇ ਅੱਜ ਗੱਲਾਂ ਬਾਤਾਂ ਵੀ ਕਰਾਂਗੇ ਬਾਈ ਜੀ ਵੈਦਰ ਦੀ ਰਿਪੋਰਟ ਵੀ ਦੇਣਗੇ ਸੁਨੇਹੇ ਵੀ ਦੇਵਾਂਗੇ ਤੇ ਨਾਲ ਨਾਲ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਟੌਪਿਕ ਲੈ ਕੇ ਆਏ ਹਾਂ ਜਿਸ ਤੇ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਬਿਲਕੁਲ ਜੀ ਸਟੂਡੀਓ ਦਾ ਫੋਨ ਨੰਬਰ 905-673-3337 905-673-3337 ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਗੱਲਬਾਤ ਹੋ ਸਕਦੀ ਹੈ ਜਿਵੇਂ ਕਿ ਰਜਿੰਦਰ ਬਾਈ ਨੇ ਕਿਹਾ ਸਾਂਝ ਰੇਡੀਓ ਟੋਰਾਂਟੋ ਦਾ ਪੇਜ ਲਾਈਕ ਤੇ ਫੋਲੋ ਕਰੋ ਤੇ ਨਾਲ ਦੀ ਨਾਲ ਲਾਈਵ ਸਟ੍ਰੀਮਿੰਗ ਫਰੋਮ ਦਾ ਸਟੂਡੀਓ ਤੁਸੀਂ ਸਾਨੂੰ ਸੁਣ ਸਕਦੇ ਹੋ ਨਾਲੇ ਦੇਖ ਵੀ ਸਕਦੇ ਹੋ ਜਲਦੀ ਜਦੋਂ ਕੋਵਿਡ ਦਾ ਜਿਹੜਾ ਮਹਾਮਾਰੀ ਦਾ ਜਿਹੜਾ ਟਾਈਮ ਸੀ ਪਰਮਾਤਮਾ ਕਰੇ ਜਲਦੀ ਜਲਦੀ ਨਿਬੜੇ ਤੇ ਅਸੀਂ ਦੁਬਾਰਾ ਜਿਹੜਾ ਸਾਡਾ ਪੁਰਾਣਾ ਸਮਾਂ ਸੀ ਉਹ ਵਾਪਸ ਆ ਸਕੇ ਦੇਖੋ ਜੀ ਵੈਦਰ ਰਿਪੋਰਟ ਦੀ ਗੱਲ ਕਰੀਏ ਇਸ ਟਾਈਮ 4 ਡਿਗਰੀ ਤੇ ਫੀਲ ਲਾਈਕ 0 ਥੋੜੀ ਥੋੜੀ ਠੰਡਕ ਹੈਗੀ ਹਵਾ ਦੇ ਵਿੱਚ ਤੁਸੀਂ ਆਪਣਾ ਖਿਆਲ ਰੱਖਣਾ ਬਾਕੀ ਸਾਡੇ ਸਰੋਤੇ ਬਹੁਤ ਸਮਝਦਾਰ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ AM 530 ਟਿਊਨ ਇਨ ਕਰਨ ਦੇ ਲਈ ਸਟੂਡੀਓ ਦਾ ਨੰਬਰ ਇੱਕ ਵਾਰੀ ਫੇਰ ਸਾਂਝਾ ਕਰ ਦਈਏ 905-673-3337 ਇੱਕ ਸੁਨੇਹੇ ਤੋਂ ਬਾਅਦ ਟੌਪਿਕ ਵੱਲ ਵੀ ਲੈ ਕੇ ਚੱਲਾਂਗੇ ਕਿਉਂਕਿ ਸਮੇਂ ਰਹਿੰਦੇ ਥੋੜਾ ਲਿਮਿਟਿਡ ਟਾਈਮ ਹੁੰਦਾ ਹੈ ਜੀ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਢਾਬਾ ਦਾ ਫਲੇਵਰ ਆਫ ਪੰਜਾਬ ਬੜਾ ਵਧੀਆ ਸਵਾਦ ਵਾਲਾ ਖਾਣਾ ਵੈਜੀਟੇਰੀਅਨ ਤੇ ਨੋਨ ਵੈਜੀਟੇਰੀਅਨ ਫੂਡ ਪਰੋਸਿਆ ਜਾਂਦਾ ਹੈ ਜੀ ਔਥੈਂਟਿਕ ਸਟਾਈਲ ਤੇ ਤੁਸੀਂ ਜੇ ਆਪਣਾ ਆਰਡਰ ਪਲੇਸ ਕਰਨਾ ਤੇ ਨੰਬਰ 905-956-3442 ਤੇ ਸੰਪਰਕ ਕੀਤਾ ਜਾ ਸਕਦਾ ਹੈ 905-956-3442 ਤੇ ਜਾਂ ਫਿਰ ਊਬਰ ਈਟਸ ਜਾਂ ਸਕਿਪ ਦਾ ਡਿਸ਼ਿਜ਼ ਦੀ ਐਪ ਰਾਹੀਂ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਪੰਜਾਬੀ ਢਾਬਾ ਦਾ ਫਲੇਵਰ ਆਫ ਪੰਜਾਬ ਬਿਲਕੁਲ ਜੀ ਮਿੱਤਰਾਂ ਨੇ ਢਾਬਾ ਖੋਲਿਆ 2855 ਡੇਅਰੀ ਰੋਡ ਈਸਟ ਮਿਸੀਸਾਗਾ ਦੇ ਵਿੱਚ ਪੰਜਾਬੀ ਢਾਬਾ ਦਾ ਫਲੇਵਰ ਆਫ ਪੰਜਾਬ ਨੰਬਰ ਇੱਕ ਵਾਰੀ ਫਿਰ 905-956-3442 905-956-3442 ਤੇ ਸੰਪਰਕ ਕੀਤਾ ਜਾ ਸਕਦਾ ਹੈ ਬਿਲਕੁਲ ਜੀ ਬਿਲਕੁਲ ਸਟੂਡੀਓ ਦਾ ਨੰਬਰ ਮਿੱਤਰੋ 905-673-3337 ਤੇ ਹਮੇਸ਼ਾ ਦੀ ਤਰ੍ਹਾਂ ਬੱਲੇ ਬੱਲੇ ਕਰਾਉਣ ਆ ਗਈ ਹੈ ਸਾਂਝ ਰੇਡੀਓ ਟੋਰਾਂਟੋ ਦੀ ਪੂਰੀ ਟੀਮ ਸਿੰਘ ਬ੍ਰਦਰਸ ਸਰਬਜੀਤ ਬਾਈ ਤੇ ਰਜਿੰਦਰ ਸਿੰਘ ਤੇ ਜ਼ਰੂਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਕਾਲਾਂ ਵੀ ਖੋਲ ਰਹੇ ਹੈਗੇ ਆ ਕਾਲਾਂ ਵੀ ਓਪਨ ਕਰ ਰਹੇ ਹੈਗੇ ਆ ਤੇ ਬਾਈ ਜੀ ਨੂੰ ਪਹਿਲਾਂ ਇੱਕ ਕੁਐਸਚਨ ਪੁੱਛਦੇ ਆ ਹਾਂਜੀ ਪਲੀਜ਼ ਤੇ ਬਾਈ ਜੀ ਕਦੇ ਲੱਗਿਆ ਵੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਸੋਚੀ ਹੋਵੇ ਤੇ ਉਹ ਚੀਜ਼ ਨਾ ਹੋਣ ਕਰਕੇ
ਬੜੀ ਟੈਨਸ਼ਨ ਬਣੀ ਰਹਿੰਦੀ ਹੋਵੇ ਦਿਮਾਗ ਦੇ ਵਿੱਚ ਵੀ ਯਾਰ ਇਹ ਚੀਜ਼ ਨਹੀਂ ਹੋ ਰਹੀ, ਤੇ ਕੁਦਰਤੀ ਗੱਲੋਂ ਰੱਬ ਨੇ ਕੋਈ ਹੋਰ ਹੀ ਚੀਜ਼ ਥੋੜੀ ਝੋਲੀ ਦੇ ਵਿੱਚ ਪਾ ਦਿੱਤੀ ਹੋਵੇ ਜਿਹੜੀ ਵਾਹ ਕਮਾਲ ਹੋਵੇ, ਸੋਚੀ ਵੀ ਨਾ ਹੋਵੇ, ਚਮਤਕਾਰ। ਬਿਲਕੁਲ ਜੀ, ਐਵੇਂ ਤਾਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬੜੀ ਵਾਰ ਏਦਾਂ ਹੋਇਆ, ਤੇ ਕਈ ਵਾਰ ਅਸੀਂ ਸੋਚਦੇ ਹਾਂ ਸਾਡਾ ਜਿਹੜਾ ਮਨ ਹੈ ਉਹ ਅਸੀਂ ਕਿਸੇ ਚੀਜ਼ ਵੱਲ ਇਹੋ ਜਿਹਾ ਮੋੜ ਲੈਂਦੇ ਹਾਂ ਵੀ ਜੇ ਕਿਤੇ ਚੀਜ਼ ਸਾਨੂੰ ਉਹ ਨਾ ਮਿਲੇ ਤੇ ਬੜਾ ਬੰਦਾ, ਇੱਕ ਹਿਊਮਨ ਨੇਚਰ ਦੀ ਗੱਲ ਕਰੀਏ, ਆਮ ਇਨਸਾਨ ਬੜਾ ਨਿਰਾਸ਼ ਹੋ ਜਾਂਦਾ। ਸਹੀ ਗੱਲ ਹੈ। ਫਿਰ ਉਹ ਹਰ ਇੱਕ ਨੂੰ ਕਹਿੰਦਾ ਮਾੜਾ ਭੱਦਾ ਬੋਲਦਾ, ਈਵਨ ਕਿ ਕੋਈ ਵੀ ਹੋਵੇ, ਪਰ ਜੋ ਚੀਜ਼ਾਂ ਰੱਬ ਨੇ ਲਿਖੀਆਂ ਨੇ ਉਹ ਇਨਸਾਨ ਨੂੰ ਵੀ ਨੀ ਪਤਾ ਹੁੰਦਾ, ਉਹ ਸਿਰਫ ਇੱਕ ਮੌਕੇ ਦੀ ਗੱਲ ਦੇ ਉੱਤੇ ਬਹਿ ਕੇ ਕਿਸੇ ਨਾਲ ਨਾਰਾਜ਼ ਹੋ ਜਾਂਦਾ, ਈਵਨ ਕਿ ਰੱਬ ਨਾਲ ਵੀ ਨਾਰਾਜ਼ ਹੋ ਜਾਂਦਾ। ਬਿਲਕੁਲ। ਪਰ ਇਹੋ ਜਿਹੀ ਚੀਜ਼ ਸਾਨੂੰ ਕੋਈ ਦਿਸਦੀ ਨਹੀਂ, ਕਿਉਂਕਿ ਜਦੋਂ ਮੌਕਾ ਹੁੰਦਾ ਅਸੀਂ ਕਹਿੰਦੇ ਹਾਂ ਜੀ ਆਹ ਨੀ ਹੋਇਆ, ਅਸੀਂ ਲੰਬੇ ਟਾਈਮ ਦਾ ਨਹੀਂ ਸੋਚਦੇ, ਪਰ ਜਦੋਂ ਕਿਤੇ ਟਾਈਮ ਥੋੜਾ ਜਿਹਾ ਅੱਗੇ ਲੰਘ ਜੇ, ਸਾਲ, ਦੋ ਸਾਲ, ਤਿੰਨ ਸਾਲ, ਫਿਰ ਬੰਦਾ ਇੱਕ ਵਾਰ ਰਿਅਲਾਈਜ਼ ਕਰਦਾ, ਕਹਿੰਦਾ ਯਾਰ ਇਹ ਤੇ ਕੰਮ ਸਗੋਂ ਜਦੋਂ ਹੋਇਆ ਮੈਨੂੰ ਲੱਗਦਾ ਸੀ ਮੇਰੇ ਨਾਲ ਮਾੜਾ ਹੋਇਆ, ਪਰ ਇਹ ਤੇ ਮੇਰੇ ਨਾਲ ਵਧੀਆ ਹੀ ਬੜਾ ਹੋ ਗਿਆ। ਸਹੀ ਗੱਲ ਹੈ। ਏਦਾਂ ਦੇ ਕਿੱਸੇ ਬਹੁਤ ਹੈ ਜੀ, ਬਹੁਤ ਜ਼ਿਆਦਾ ਕਿੱਸੇ ਆ। ਬਿਲਕੁਲ ਬਿਲਕੁਲ ਬਿਲਕੁਲ। ਤੇ ਉਮੀਦ ਕਰਦੇ ਹਾਂ ਸਾਡੇ ਸਰੋਤੇ ਵੀ ਸਮਝ ਗਏ ਹੋਣਗੇ ਵੀ ਅਸੀਂ ਕੀ ਕਹਿਣਾ ਚਾਹ ਰਹੇ ਹਾਂ। ਤੇ ਮਿੱਤਰੋ ਟੌਪਿਕ ਨੂੰ ਇੱਕ ਵਾਰ ਹੋਰ ਥੋੜਾ ਐਲੋਬੋਰੇਟ ਕਰ ਦਿੰਨੇ ਆ ਵੀ ਜੇ ਤੁਹਾਨੂੰ ਲੱਗਦਾ ਹੈਗਾ ਵੀ ਕੋਈ ਚੀਜ਼ ਤੁਸੀਂ ਕਦੇ ਸੋਚੀ ਹੁੰਦੀ ਆ ਤੇ ਅਸੀਂ ਨਿਰਾਸ਼ ਹੋ ਰਹੇ ਹੁੰਦੇ ਆ ਵੀ ਯਾਰ ਇਹ ਚੀਜ਼ ਕਿਉਂ ਨਹੀਂ ਹੋ ਰਹੀ ਮੇਰੇ ਨਾਲ, ਤੇ ਉਦੋਂ ਹੀ ਪਰਮਾਤਮਾ ਕੋਈ ਤੁਹਾਡੀ ਝੋਲੀ ਦੇ ਵਿੱਚ ਬੜੀ ਵਧੀਆ ਚੀਜ਼ ਪਾ ਦਿੰਦਾ। ਐਗਜ਼ਾਮਪਲ ਵੀ ਦੱਸ ਦਿੰਨੇ ਆ। ਬਿਲਕੁਲ ਰਜਿੰਦਰ ਬਾਈ, ਐਗਜ਼ਾਮਪਲ ਆਣ। ਬਿਲਕੁਲ ਐਗਜ਼ਾਮਪਲ ਵੀ ਮਿੱਤਰੋ ਦੱਸ ਦਿੰਨੇ, ਕਈ ਵਾਰ ਅਸੀਂ ਜਦੋਂ ਇੰਡੀਆ ਦੇ ਵਿੱਚ ਹੁੰਦੇ ਸੀ ਅਸੀਂ ਬੜਾ ਕੰਮ ਕਰਦੇ ਸੀ, ਨੌਕਰੀਆਂ ਕਰਦੇ ਸੀ, ਬੜਾ ਕੁਝ ਕਰਦੇ ਸੀ, ਪਰ ਕਿਤੇ ਨਾ ਕਿਤੇ ਅਸੀਂ ਆਪਣੀ ਕੈਨੇਡਾ ਦੀ ਫਾਈਲ ਵੀ ਲਾਈ ਹੁੰਦੀ ਸੀ। ਬਿਲਕੁਲ। ਤੇ ਜਦੋਂ ਵੀਜ਼ਾ ਆ ਜਾਂਦਾ ਸੀ ਸੋਚਿਆ ਤਾਂ ਹੁੰਦਾ ਸੀ ਵੀ ਹੋ ਜੇ, ਪਰ ਇੱਕ ਚਮਤਕਾਰ ਵਾਲੀ ਚੀਜ਼ ਹੁੰਦੀ ਸੀ ਜਦੋਂ ਪੋਜ਼ਿਟਿਵ ਤਰੀਕੇ ਨਾਲ ਉਹ ਗਿਫਟ ਤੁਹਾਡੀ ਝੋਲੀ ਦੇ ਵਿੱਚ ਪੈ ਜਾਂਦਾ ਸੀ। ਜ਼ਰੂਰ ਸਾਡੇ ਨਾਲ ਆ ਕੇ ਸ਼ੇਅਰ ਕਰੋ ਕੋਈ ਇਹੀ ਜੀ ਗੱਲਬਾਤ ਹੋਈ ਹੋਵੇ ਪੋਜ਼ਿਟਿਵ ਸੈਂਸ ਦੇ ਵਿੱਚ। ਸਟੂਡੀਓ ਦਾ ਨੰਬਰ 905-673-3337 ਸਟੂਡੀਓ ਦੇ ਨੰਬਰ ਤੇ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ, ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੇ ਉਮਰਪ੍ਰੀਤ ਚਾਵਲਾ ਜੀ ਦਾ ਨੰਬਰ ਵੀ ਨੋਟ ਕਰ ਲਓ ਮਿੱਤਰੋ, ਸਿਕਿਓਰ ਲਾਈਫ ਇੰਸ਼ੋਰੈਂਸ ਐਡਵਾਈਜ਼ਰ ਹੈਗੇ ਨੇ। ਲਾਈਫ ਇੰਸ਼ੋਰੈਂਸ ਦੀ ਗੱਲਬਾਤ ਕੀਤੀ ਜਾਵੇ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ, ਵਿਜ਼ਿਟਰ, ਟਰੈਵਲ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, RESP, RRSP, ਹਮੇਸ਼ਾ ਯਾਦ ਰੱਖੋ ਉਮਰਪ੍ਰੀਤ ਕੌਰ ਚਾਵਲਾ ਜੀ ਨੂੰ। ਨੰਬਰ ਹੈਗਾ 6474-6416-1616, 647-446-1616 ਤੇ ਕਾਲ ਕਰਕੇ ਬੁਕਿੰਗ ਕਰਵਾਈ ਜਾ ਸਕਦੀ ਹੈ ਤੇ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਤੇ ਸਟੂਡੀਓ ਦਾ ਨੰਬਰ 905-673-3337 ਤੇ ਬਾਈ ਜੀ ਕਾਲਾਂ ਵੀ ਕਮਾਲ ਆ ਚੁੱਕੀਆਂ ਨੇ। ਬਿਲਕੁਲ ਜੀ, ਚੱਲਦੇ ਹਾਂ ਜੀ ਅਗਲੀ ਕਾਲ ਦੇ ਵੱਲ। ਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਜੀ? ਵਧੀਆ ਜੀ, ਠੀਕ ਠਾਕ, ਤੁਸੀਂ ਸੁਣਾਓ ਕੀ ਹਾਲ ਚਾਲ? ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਤੁਹਾਡਾ ਅੱਜ ਫਸਟ ਡੇ ਅੱਜ ਪ੍ਰੋਗਰਾਮ ਸੁਣ ਰਿਹਾ, ਐਕਚੁਅਲੀ ਹਫਲੇ ਤੱਕ ਮੈਂ ਕੰਮ ਤੇ ਹੁੰਦਾ ਨਹੀਂ ਆ, ਬਟ ਅੱਜ ਮੈਂ ਹੈਗਾ ਇਸ ਕਰਕੇ ਮੈਂ ਤੁਹਾਡਾ ਰੇਡੀਓ ਸੁਣ ਰਿਹਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਤੇ ਕੀ ਕਹਿਣਾ ਚਾਹੋਗੇ ਜੀ? ਹਾਂਜੀ, ਟੌਪਿਕ ਦੀ ਗੱਲ ਕੀਤੀ ਆ ਕਿ ਮੇਰੇ ਲਈ ਵੀ ਸੇਮ ਇੱਕ ਚੀਜ਼ ਹੋਈ ਆ, ਆਪਣੇ ਮੇਰੇ ਤੇ ਮੇਰੇ ਫਰੈਂਡ ਨਾਲ ਲਾਈਕ ਥੋੜੇ ਦਿਨ ਪਹਿਲਾਂ ਹੀ। ਹਾਂਜੀ, ਅਸੀਂ ਲਾਈਕ ਮੈਨੂੰ 4-5 ਸਾਲ ਹੋ ਚੱਲਿਆ ਕੈਨੇਡਾ ਰਹਿੰਦਾ, 4.5 ਸਾਲ ਹੋ ਗਿਆ। ਹਾਂਜੀ, ਤੇ ਅਸੀਂ ਇੱਕ 1.5 ਸਾਲ ਲਾਈਕ ਜੋਬ ਕੀਤੀ ਸੀਗੀ ਨੌਕ ਬੀ ਦੀ, ਤੇ ਸਾਡੇ ਸਕੋਰ ਨੀ ਸੀ ਬਣਦੇ ਐਕਸਟਰਾ ਸੈਂਟਰੀ ਦੇ। ਹਾਂਜੀ, ਤੇ ਸਾਨੂੰ ਕੋਈ ਆਸ ਵੀ ਨਹੀਂ ਸੀਗੀ, ਰਾਈਟ? ਸਾਡੀ ਉੱਥੇ ਲਾਈਕ 350 ਦੇ ਲਾਗੇ ਬੰਨੇ ਸਕੋਰ ਸੀਗੇ। ਬਿਲਕੁਲ। ਤੇ ਲੋਇਰ ਪੈਸੇ ਬੜੇ ਮੰਗਦਾ ਸੀ LMIA ਕਰਾਉਂਦੇ। ਹਾਂਜੀ ਹਾਂਜੀ, ਤੇ ਅਸੀਂ ਫਿਰ ਉਹ ਸਟ੍ਰੀਮ ਹੀ ਛੱਡ ਕੇ ਅਸੀਂ ਟਰੈਕਿੰਗ ਦੇ ਵੱਲ ਹੋ ਗਏ ਕਿ ਚਲੋ ਟਰੱਕ ਦੇ ਵਿੱਚ ਲਾ ਲਾਂਗੇ, ਕੋਈ ਚੱਕਰ ਨੀ ਆ। ਹਾਂਜੀ ਹਾਂ, ਉਹ ਕੁਦਰਤੀ ਕਿਸੇ ਨੇ ਸੋਚਿਆ ਹੀ ਨਹੀਂ, ਕਿਸੇ ਨੇ ਵੀ ਨਹੀਂ। ਬਿਲਕੁਲ, ਕੈਨੇਡਾ ਸਰਕਾਰ ਨੇ ਇਹਨਾਂ ਲਾਈਕ ਲੋ ਤੇ ਕੱਢਿਆ ਆਪਣਾ 75 ਨੰਬਰਾਂ ਦੇ ਕੱਢ ਦੇਣਾ। ਹਾਂ ਬਿਲਕੁਲ ਸਹੀ ਗੱਲ ਹੈ ਜੀ, ਤੁਹਾਡੀ ਤੁਹਾਨੂੰ ਸੋਚਿਆ ਤੇ ਉਹ ਸਾਨੂੰ ਤੇ ਆਸ ਹੀ ਨਹੀਂ, ਐਕਸਪੈਕਟ ਕਦੇ ਸੋਚਿਆ ਹੀ ਨਹੀਂ ਸੀਗਾ। ਬਹੁਤ ਜ਼ਿਆਦਾ ਵੱਡੀ ਖੁਸ਼ੀ ਮਿਲੀ ਸਾਨੂੰ ਉਸ ਚੀਜ਼ ਦੀ। ਬਿਲਕੁਲ ਬਿਲਕੁਲ ਜੀ, ਇਹ ਸਰਪ੍ਰਾਈਜ਼ ਸੀ ਸਾਰਿਆਂ ਦੇ ਲਈ, ਜਿਹੜੀਆਂ 20-21 ਹਜ਼ਾਰ ਜਾਂ 22 ਹਜ਼ਾਰ ਐਪਲੀਕੇਸ਼ਨ ਅਕਸੈਪਟ ਕੀਤੀ ਆ, ਤੇ ਉਹਦੇ ਵਿੱਚ ਕਿਸੇ ਨੂੰ ਵੀ ਜ਼ਿਆਦਾ ਉਮੀਦ ਨਹੀਂ ਸੀ ਵੀ 75 ਪੁਆਇੰਟ ਤੇ ਵੀ ਅਕਸੈਪਟ ਹੋ ਸਕਦਾ ਕੰਮ। ਕੀ ਬਾਤ ਹੈ, ਥੈਂਕ ਯੂ ਸੋ ਮਚ ਭਾਜੀ ਸਾਂਝ ਪਾਉਣ ਦੇ ਲਈ। ਥੈਂਕ ਯੂ ਜੀ, ਥੈਂਕ ਯੂ ਜੀ। ਸੁਣਦੇ ਰਹੋ ਰੇਡੀਓ ਪ੍ਰੋਗਰਾਮ ਸਾਂਝ, ਮਿੱਤਰੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਤੇ ਕਾਲਾਂ ਵੀ ਆ ਰਹੀਆਂ ਹੈਗੀਆਂ ਨੇ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਵੀ ਸਾਡੇ ਨਾਲ ਸਾਂਝ ਪਾਓ। 905-673-3337 ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਜੇ ਦੇਖਣਾ ਫੇਸਬੁੱਕ ਤੇ ਵੀ ਸਾਨੂੰ ਫੋਲੋ ਕਰੋ। ਤੇ ਮੈਂ ਰੀਅਲਟਰ ਮਨਮੋਹਨ ਸਿੰਘ ਜੀ ਦਾ ਤੁਹਾਨੂੰ ਦੱਸਣਾ ਚਾਹੁੰਦਾ, ਜੇ ਕੋਈ ਪ੍ਰੋਪਰਟੀ ਖਰੀਦਣੀ ਹੈ, ਵੇਚਣੀ ਹੈ ਜਾਂ ਇਨਵੈਸਟਮੈਂਟ ਵਾਸਤੇ ਕੋਈ ਵੀ ਪ੍ਰੋਪਰਟੀ ਦੇਖ ਰਹੇ ਹੈਗੇ ਆ, ਹਮੇਸ਼ਾ ਯਾਦ ਰੱਖੋ ਮਨਮੋਹਨ ਸਿੰਘ ਜੀ ਨੂੰ। ਨੰਬਰ ਨੋਟ ਕਰੋ ਪਹਿਲਾਂ, 6477-706-2448, 647-706-2448। ਤੇ ਮਿੱਤਰੋ ਇੱਕ ਬਹੁਤ ਵਧੀਆ ਕੌਂਡੋਜ਼ ਇਹਨਾਂ ਕੋਲੇ ਆ ਰਹੇ ਨੇ, ਸਕੇਅਰ 1 ਕੋਲੇ ਬਾਈ ਜੀ, ਤੇ 2027 ਦੇ ਵਿੱਚ ਕਲੋਜ਼ਿੰਗ ਹੈ। ਬੰਦਾ ਸੋਚਦਾ ਵੀ 2027 ਚ ਇੰਨਾ ਦੂਰ, ਉਹਦਾ ਫਾਇਦਾ ਮਿੱਤਰੋ ਇਹ ਹੈ ਵੀ ਆਰਾਮ ਆਰਾਮ ਨਾਲ ਪੈਸੇ ਦੇਣੇ ਨੇ। ਬਿਲਕੁਲ, ਜਿਹੜਾ ਇੱਕ ਸੁਪਨਾ ਹੁੰਦਾ ਪਹਿਲਾਂ ਘਰ ਲੈਣ ਦਾ, ਤੇ ਉਹ ਕੌਂਡੋ ਤੋਂ ਜ਼ਿਆਦਾਤਰ ਸਟਾਰਟ ਕੀਤਾ ਜਾਂਦਾ ਹੈਗਾ। ਤੇ ਜ਼ਰੂਰ ਕਨੈਕਟ ਕਰੋ, ਕਿਉਂਕਿ ਇਹਨਾਂ ਦੇ ਜਿਹੜੇ M1, M2, M3 ਨੇ ਉਹ ਕੁਝ ਹੀ ਦਿਨਾਂ ਦੇ ਵਿੱਚ ਸੇਲ ਹੋ ਗਏ, ਜਿਹੜੇ ਪਹਿਲੇ ਫੇਸ ਗਏ ਨੇ ਤਿੰਨ, ਉਹ ਬੜੇ ਹੀ ਜਲਦੀ ਫਾਸਟ ਵੇ
ਤੇ ਜਲਦੀ ਤੋਂ ਜਲਦੀ ਕਨੈਕਟ ਕਰ ਲਓ, ਬਹੁਤ ਘੱਟ ਰੇਟ ਨੇ ਤੇ ਜਲਦੀ ਪ੍ਰਾਪਰਟੀ ਲੈਣੀ ਹੈ, ਪਹਿਲਾ ਘਰ ਬਣਾਉਣਾ ਹੈ, ਹਮੇਸ਼ਾ ਯਾਦ ਰੱਖੋ ਮਨਮੋਹਨ ਸਿੰਘ ਜੀ ਨੂੰ 6477046 2448 6477046 2448 ਤੇ ਗੱਲਬਾਤ ਕਰਕੇ ਆਪਦੀ ਬੁਕਿੰਗ ਤੇ ਹੋਰ ਵੀ ਡਿਟੇਲਿੰਗ ਲਈ ਜਾ ਸਕਦੀ ਹੈ। ਬਿਲਕੁਲ ਜੀ, ਚਲਦੇ ਹਾਂ ਅਗਲੀ ਕਾਲ ਦੇ ਵੱਲ। 7262 ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਵਧੀਆ ਜੀ, ਠੀਕ ਠਾਕ, ਤੁਸੀਂ ਸੁਣਾਓ ਜੀ, ਕੀ ਹਾਲ ਚਾਲ ਹੈ ਜੀ? ਅੱਜ ਟੌਪਿਕ ਮੇਰੇ ਮਤਲਬ ਦਾ ਹੀ ਕੱਢਿਆ ਜੀ। ਹਾਏ ਹਾਏ, ਕੀ ਹਾਲ ਹੈ, ਪਲੀਜ਼ ਆਣ ਦਿਓ ਜੀ ਫਿਰ। ਆਉਣ ਦੇ, ਵੀਜ਼ੇ ਦੀ ਗੱਲ ਕੀਤੀ ਸੀ, ਵੀਜ਼ਾ ਅਪਲਾਈ ਕੀਤਾ ਪਹਿਲੀ ਵਾਰੀ, ਰਿਫਿਊਜ਼ਲ ਆ ਗਈ। ਹਾਂ ਜੀ, ਬੜਾ ਕੋਸਿਆ ਕਿਸਮਤ ਨੂੰ ਕਿ ਮੇਰੀ ਕਿਸਮਤ ਹੀ ਏਦਾਂ ਦੀ, ਕਿਉਂ ਯੇ ਵੋ ਸਾਰਾ ਕੁਛ। ਹਾਂ ਜੀ, ਤੇ ਫਿਰ ਹੋਰ ਕੋਸ਼ਿਸ਼ ਕੀਤੀ, ਪਤਾ ਲੱਗਿਆ ਕਿ ਫਾਈਲ 'ਚ ਗਲਤੀ ਸੀਗੀ। ਓ, ਗਲਤੀ ਲਾਈ ਸੀ ਫਾਈਲ ਏਜੰਟ ਨੇ। ਅੱਛਾ, ਦੂਜੀ ਵਾਰ ਫਿਰ ਜਦੋਂ ਲੱਗਿਆ, ਫਿਰ ਚਲੋ ਜੀ, ਕਹਿੰਦੇ ਨੇ ਆ ਗਈ ਕੈਨੇਡਾ, ਜਾ ਕੇ ਜਦੋਂ ਇੱਥੇ ਦਾ ਸਾਰਾ ਗਰੁੱਪ ਬਣਿਆ, ਕਾਲਜ ਬਾਰੇ ਪਤਾ ਲੱਗਿਆ, ਮੈਂ ਫਿਰ ਬਾਅਦ ਚ ਹੁਣ ਸੋਚਦਾ ਕਿ ਵਧੀਆ ਹੋਇਆ ਕਾਲਜ ਦਾ ਰਿਫਿਊਜ਼ ਹੋ ਗਿਆ। ਕਾਲਜ ਦਾ ਇੰਨਾ ਕੋਈ ਉਹ ਵੀ ਨੀ ਸੀਗਾ, ਸਕੋਪ ਵੀ ਨੀ ਸੀਗਾ, ਤੇ ਮੈਨੂੰ ਪਤਾ ਸੀ ਮੇਰੇ ਯਾਰ ਦੋਸਤ ਜਿਹੜੇ ਹੁਣ ਮਿਲੇ ਉਹ ਮੇਰੀ ਫੈਮਿਲੀ ਬਣ ਗਏ। ਕਿਆ ਬਾਤ ਹੈ, ਕਿਆ ਬਾਤ ਹੈ, ਫਿਰ ਦੇਖ ਦੋ ਵੀ ਪ੍ਰਮਾਤਮਾ ਜੋ ਕਰਦਾ ਵਧੀਆ ਕਰਦਾ। ਹਾਂਜੀ, ਐਂਡ ਜਾ ਕੇ ਜੋ ਵੀ ਆਉਂਦਾ ਲਿਖਿਆ ਹੋਇਆ ਰੱਬ ਨੇ ਜੀ। ਕਿਆ ਬਾਤ ਹੈ, ਤੁਹਾਡਾ ਨਾਮ ਭਾਜੀ? ਚੇਤਨ। ਚੇਤਨ ਜੀ, ਥੈਂਕ ਯੂ ਸੋ ਮਚ ਭਾਜੀ ਤੇ ਸਾਡੇ ਨਾਲ ਸਾਂਝ ਪਾਉਣ ਵਾਸਤੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਬਿਲਕੁਲ ਜੀ, ਸੁਣਦੇ ਰਹੋ ਰੇਡੀਓ ਪ੍ਰੋਗਰਾਮ ਸਾਂਝ ਮਿੱਤਰੋ, ਸਟੂਡੀਓ ਦਾ ਨੰਬਰ 905-673-3337 ਤੇ ਅਪਲਾਇੰਸ ਜੰਕਸ਼ਨ ਦਾ ਬਾਈ ਜੀ ਨੰਬਰ ਦੇ ਦਈਏ। ਬਿਲਕੁਲ ਜੀ, ਬਿਲਕੁਲ, ਸੇਲਾ ਸੇਲਾ ਸੇਲਾ, ਲੁੱਟ ਲਓ ਮੇਲਾ ਮੇਲਾ ਮੇਲਾ, ਕਿੱਥੋਂ ਲੁੱਟਣਾ ਮੇਲਾ, ਮਨਜੀਤ ਬਾਈ ਜੀ ਨੂੰ ਦੱਸਣਾ ਵੀ ਸਾਂਝ ਰੇਡੀਓ ਸੁਣ ਕੇ ਆਏ ਆ, 25% ਆਫ ਦੇਣਗੇ ਮਿੱਤਰੋ ਜੈਨਰ ਬਿਲਟਨ ਅਪਲਾਇੰਸਸ ਦੇ ਉੱਤੇ। 5 ਪੀਸ ਕਿਚਨ ਏਡ ਬਿਲਟਨ ਅਪਲਾਇੰਸਸ ਦਾ ਜਿਹੜਾ ਬੰਡਲ ਹੈ, ਸੁਣ ਲਓ ਕੀ ਕੁਛ ਆ ਉਹਦੇ ਵਿੱਚ। 36 ਇੰਚ ਫਰੈਂਚ ਡੋਰ ਫਰਿੱਜ ਵਿਦ ਆਈਸ ਐਂਡ ਵਾਟਰ ਡਿਸਪੈਂਸਰ, 36 ਇੰਚ ਇਲੈਕਟ੍ਰਿਕ ਕੁੱਕਟੋਪ, 30 ਇੰਚ ਵਾਲੋਨ ਐਂਡ ਬਿਲਟਨ ਮਾਈਕਰੋਵੇਵ, ਬਿਲਟਨ ਸਟੇਨਲੈਸ ਸਟੀਲ ਡਿਸ਼ਵਾਸ਼ਰ। ਰੈਗੂਲਰ ਪ੍ਰਾਈਸ ਮਿੱਤਰੋ ਜਿੱਥੇ ਮਰਜ਼ੀ ਚੱਲ ਜਾਓ $14,000 ਦੀ ਮਿਲਣੀ ਹੈ, ਪਰ ਬਾਈ ਜੀ ਤੁਹਾਨੂੰ ਦੇ ਰਹੇ ਨੇ 7999। ਕਿਆ ਬਾਤ ਹੈ, ਆਲਮੋਸਟ ਬਾਈ ਜੀ 50% ਆਫ ਵਾਸ਼ਰ ਐਂਡ ਡਰਾਇਰ ਕੋਂਬੋ 1899 ਦਾ, ਇੰਟਰਸੈਕਸ਼ਨ ਮਿਸੀਸਾਗਾ ਐਂਡ ਸਟੀਲਸ ਦਾ, 30 ਰਿਵਰ ਮਾਊਂਟ ਰੋਡ ਬ੍ਰੈਂਪਟਨ, ਇਨਸਾਈਟ ਰਿਵਰ ਮਾਊਂਟ ਪਲਾਜ਼ਾ। 905-450-0054 ਤੇ ਕਾਲ ਕਰਕੇ ਬੁਕਿੰਗ ਕਰਾ ਲਓ ਤੇ ਦੱਸ ਦਿਓ ਵੀ ਸਾਂਝ ਰੇਡੀਓ ਸੁਣ ਕੇ ਆਏ ਹੋ। ਬਿਲਕੁਲ ਜੀ, ਤੇ ਜਿਵੇਂ ਕਿ ਟੌਪਿਕ ਬਾਬਤ ਆਪਾਂ ਗੱਲਬਾਤ ਕਰ ਰਹੇ ਆ, ਤੇ ਐਵੇਂ ਨਹੀਂ ਕਹਿੰਦੇ ਜੀ, ਰੱਬ ਜੋ ਵੀ ਕਰਦਾ ਸਿੱਧੀਆਂ ਹੀ ਕਰਦਾ, ਇਹ ਪੁੱਠੀਆਂ ਸਿੱਧੀਆਂ ਤਾਂ ਬੰਦਾ ਹੀ ਕਰਦਾ। ਸਹੀ ਗੱਲ ਹੈ, ਸਹੀ ਗੱਲ ਹੈ, ਕਿਆ ਬਾਤ ਹੈ। ਬਿਲਕੁਲ ਮਿੱਤਰੋ, ਇਹੀ ਗੱਲਾਂ ਬਾਤਾਂ ਕਰਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਸਾਂਝ ਰੇਡੀਓ ਟੋਰਾਂਟੋ ਦੀ ਟੀਮ ਹੁਣ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵੀ ਐਵਰੀ ਡੇ, ਆਲਮੋਸਟ ਐਵਰੀ ਡੇ, ਸਿਰਫ ਫਰਾਈਡੇ ਨੂੰ, ਆਲਮੋਸਟ ਤਾਂ ਕਿਹਾ ਫਰਾਈਡੇ ਦੀ ਛੁੱਟੀ ਲੈਂਦੇ ਹੁੰਦੇ ਆ, ਤੇ ਸੰਡੇ ਨੂੰ 9 ਤੋਂ 11 ਆਪਾਂ ਕਨੈਕਟ ਕਰਦੇ ਹਾਂ, ਤੇ ਕਿਸੇ ਵੀ ਸਾਡੇ ਵੀਰ ਭਾਈ ਸੱਜਣ ਨੂੰ ਲੱਗਦਾ ਵੀ ਉਹਨਾਂ ਨੇ ਆਪਣਾ ਬਿਜ਼ਨਸ ਪ੍ਰਮੋਟ ਕਰਵਾਉਣਾ ਹੈ, ਜ਼ਰੂਰ ਸਾਡੇ ਨਾਲ ਜੁੜੋ ਕਿਉਂਕਿ ਬਹੁਤ ਘੱਟ ਸਲੋਟਸ ਬੱਚੀਆਂ ਹੈਗੀਆਂ ਨੇ, ਤੇ ਜ਼ਰੂਰ ਸਾਡੇ ਨਾਲ ਸਾਂਝ ਪਾਓ ਜੋ ਆਪਾਂ ਰਲ ਮਿਲ ਕੇ ਇੱਕ ਦੂਜੇ ਦੀ ਸਪੋਰਟ ਕਰ ਸਕੀਏ। ਵਾਵਾ ਰਮਸ ਫਕੀਰਾ ਤੇਰੀ ਤੇਰੀਆਂ ਤੂੰ ਹੀ ਜੋ ਜਾਣੇ। ਮਿੱਤਰੋ, ਇੰਸ਼ੋਰੈਂਸ ਦੇ ਰਿਲੇਟਡ ਕੈਨੇਡੀਅਨ LIC, ਹਮੇਸ਼ਾ ਯਾਦ ਰੱਖੋ ਕੈਨੇਡੀਅਨ LIC ਹਰਪ੍ਰੀਤ ਪੁਰੀ ਜੀ ਨੂੰ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਬੱਚਿਆਂ ਵਾਸਤੇ RESP ਸੇਵਿੰਗਸ ਪਲਾਨਸ, RRSP TFSA, ਟਰੱਕ ਵੀਰਾਂ ਅਤੇ ਭੈਣਾਂ ਵਾਸਤੇ ਗਰੁੱਪ ਹੈਲਥ ਬੈਨੀਫਿਟਸ, ਗਰੁੱਪ ਡਿਸੇਬਿਲਿਟੀ ਪੈਕੇਜਿਸ, ਜ਼ਰੂਰ ਕਨੈਕਟ ਕਰੋ ਹਰਪ੍ਰੀਤ ਪੁਰੀ ਜੀ ਨੂੰ। ਕੈਨੇਡੀਅਨ LIC ਨੂੰ ਲੀਡ ਕਰ ਰਹੇ ਹੈਗੇ ਨੇ 4163900, 416-543-9000 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮਿੱਤਰੋ, ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਵੀ ਕੰਮ ਹੈਗਾ ਤੇ ਹਮੇਸ਼ਾ ਯਾਦ ਰੱਖੋ ਸੰਦੀਪ ਸਿੰਘ ਜੀ ਨੂੰ, ਡਰਾਈਵ ਟੂ ਇਮੀਗ੍ਰੇਸ਼ਨ ਨੂੰ ਲੀਡ ਕਰ ਰਹੇ ਹੈਗੇ ਨੇ। ਐਕਸਪ੍ਰੈਸ ਐਂਟਰੀ ਦੇ ਰਿਲੇਟਡ ਕੋਈ ਵੀ ਕੁਐਸਚਨ ਪੁੱਛਣਾ, ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ, ਫੈਮਿਲੀ ਸਪੋਂਸਰਸ਼ਿਪ, ਸਪਾਊਸਲ ਸਪੋਂਸਰ। ਬਿਲਕੁਲ ਜੀ, ਬਿਲਕੁਲ, ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਸਾਂਝ ਰੇਡੀਓ ਟੋਰਾਂਟੋ ਤੇ, ਸਟੂਡੀਓ ਦਾ ਫੋਨ ਨੰਬਰ 905-673-3337 ਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਗੱਲਬਾਤ ਹੋ ਸਕਦੀ ਹੈ ਜੀ। ਬਿਲਕੁਲ ਬਿਲਕੁਲ ਮਿੱਤਰੋ, ਤੇ ਟੌਪਿਕ ਅੱਜ ਦਾ ਜਿਹਦੇ ਬਾਰੇ ਦੁਬਾਰਾ ਇੱਕ ਵਾਰੀ ਸਾਡੇ ਦੋਸਤਾਂ ਨਾਲ, ਸਾਡੇ ਸਰੋਤਿਆਂ ਨਾਲ ਸ਼ੇਅਰ ਪਾ ਲਈਏ,
ਵੀ ਜਿਹੜਾ ਕਦੇ ਕਈ ਵਾਰ ਅਸੀਂ ਨੇ ਸੋਚਿਆ ਹੁੰਦਾ ਕਈ ਵਾਰ ਕੋਈ ਚੀਜ਼ ਤੇ ਅਸੀਂ ਨਿਰਾਸ਼ ਹੋਈ ਜਾਂਦੇ ਹੁੰਦੇ ਹਾਂ ਕਿ ਸਾਨੂੰ ਲੱਗਦਾ ਵੀ ਪਰਮਾਤਮਾ ਨੇ ਸਾਡੇ ਲਈ ਹੋਰ ਹੀ ਕੁਝ ਸੋਚਿਆ ਹੁੰਦਾ ਤੇ ਹੋਰ ਹੀ ਵਧੀਆ ਕਰ ਦਿੱਤਾ ਹੁੰਦਾ। ਤੇ ਬਾਈ ਜੀ ਕਾਲਾਂ ਵੀ ਆ ਰਹੀਆਂ ਨੇ, ਇੱਕ ਸੁਨੇਹਾ ਲੈ ਲਈਏ ਮਿੱਤਰੋ, ਫਿਰ ਕਾਲ ਵੀ ਲੈਣਾ ਇੱਕ ਸੈਕਿੰਡ ਵਾਸਤੇ, ਹੋਲਡ ਕਰਿਓ। ਕੈਨੇਡੀਅਨ LIC ਦਾ ਮਿੱਤਰੋ ਨੰਬਰ ਦੇਣਾ ਚਾਹੁੰਦਾ ਮੈਂ ਹਰਪ੍ਰੀਤ ਪੁਰੀ ਜੀ ਦਾ। ਲਾਈਫ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਹੈਗੇ ਹੋ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ, ਵਿਜ਼ਿਟਰ ਇੰਸ਼ੋਰੈਂਸ, RESP, RRSP, ਗਰੁੱਪ ਹੈਲਥ ਬੈਨੀਫਿਟਸ, ਗਰੁੱਪ ਡਿਸੇਬਿਲਿਟੀ ਪੈਕੇਜਿਸ, ਟਰੱਕ ਵੀਰਾਂ ਤੇ ਭੈਣਾਂ ਵਾਸਤੇ, ਹਮੇਸ਼ਾ ਯਾਦ ਰੱਖੋ ਕੈਨੇਡੀਅਨ LIC ਹਰਪ੍ਰੀਤ ਪੁਰੀ ਜੀ ਲੀਡ ਕਰ ਰਹੇ ਹੈਗੇ ਨੇ ਤੇ ਨਾਲ ਪੁਸ਼ਪਿੰਦਰ ਸਿੰਘ ਜੀ। ਨੰਬਰ ਹੈਗਾ 416-543-9000, 416-543-9000। ਤੇ ਵੱਡੀ ਗੱਲ, ਹਾਇਰਿੰਗ ਚੱਲ ਰਹੀ ਹੈ, ਕਿਸੇ ਵੀ ਸਾਡੇ ਵੀਰ ਭਾਈ ਸੱਜਣ ਨੂੰ ਲੱਗਦਾ ਵੀ ਉਹਨਾਂ ਨੇ ਆਪਣਾ ਕਰੀਅਰ ਇੰਸ਼ੋਰੈਂਸ ਲਾਈਨ ਦੇ ਵਿੱਚ ਬਣਾਉਣਾ ਹੈ, ਹੁਣੀ ਮੈਸੇਜ ਕਰ ਦਿਓ ਜਾਂ ਕਾਲ ਕਰ ਲਓ 416-543-9000। ਬਿਲਕੁਲ ਜੀ, ਚੱਲਦੇ ਅਗਲੀ ਕਾਲ ਦੇ ਵੱਲ, 6649। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਵੀਰੇ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ? ਸਤਿ ਸ੍ਰੀ ਅਕਾਲ ਜੀ, ਵਧੀਆ ਠੀਕ ਠਾਕ, ਤੁਸੀਂ ਸੁਣਾਓ ਜੀ ਕਿੱਦਾਂ ਜੀ? ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਇੱਕ ਰਿਕੁਐਸਟ ਸੀਗੀ ਗਾਣੇ ਦੀ, ਜੇ ਟਾਈਮ ਹੋਇਆ, ਆਈ ਐਮ ਨਾਉ ਫੋਰਸ ਯੂ, ਓਨਲੀ ਰਿਕੁਐਸਟ। ਹਾਂਜੀ ਪਲੀਜ਼। ਉਹ ਗਾਣਾ ਹੈਗਾ ਜੀ ਹਰਭਜਨ ਮਾਨ ਦਾ, ਤਿੰਨ ਰੰਗ ਨਹੀਂ ਉਹ ਲੱਭਣੇ ਬੀਬਾ। ਕੀ ਬਾਤ ਹੈ! ਬਿਲਕੁਲ ਜੀ, ਬਿਲਕੁਲ, ਜ਼ਰੂਰ ਜੀ, ਜ਼ਰੂਰ ਲਾਵਾਂਗੇ ਜੀ। ਥੈਂਕ ਯੂ ਬਾਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਿਲਕੁਲ ਜੀ, ਸੁਣਦੇ ਰਹੋ ਰੇਡੀਓ ਪ੍ਰੋਗਰਾਮ ਸਾਂਝ, ਸਟੂਡੀਓ ਦਾ ਨੰਬਰ 905-673-33-37 ਤੇ ਗੱਲਾਂ ਬਾਤਾਂ ਮਿੱਤਰੋ ਚੱਲ ਰਹੀਆਂ ਨੇ। ਤੇ ਬਾਈ ਜੀ, ਤੁਸੀਂ ਨੀ ਦੱਸਿਆ ਹੈਗਾ ਵੀ ਤੁਹਾਡੇ ਨਾਲ ਕੋਈ ਇਹੋ ਜਿਹਾ ਜਿਹੜਾ ਚਮਤਕਾਰ ਹੋਇਆ? ਚਮਤਕਾਰ ਜੀ ਏਦਾਂ ਦੇ ਬਹੁਤ ਹੋਏ ਆ, ਤੇ ਉਸ ਟਾਈਮ ਤੇ ਤਾਂ ਬੰਦਾ ਨਹੀਂ ਪਛਾਣਦਾ, ਬਾਅਦ ਚੋਂ ਹੀ ਹਮੇਸ਼ਾ ਪਛਾਣ ਆਉਂਦੀ। ਜਦੋਂ ਬੰਦਾ ਇਕੱਲਾ ਕਿਤੇ ਬੈਠੇ ਨਾ ਤੇ ਫਿਰ ਜਦੋਂ ਗੱਲਾਂ ਵਿਚਾਰਦਾ, ਤੇ ਅੱਜ ਕੱਲ ਦੀ ਦੌੜ ਦੇ ਵਿੱਚ ਇਹੀ ਗੱਲ ਹੁੰਦੀ ਹੈ ਜੀ, ਇਨਸਾਨ ਜਦੋਂ ਕਿਤੇ ਬੈਠਾ ਉਹ ਕਹਿੰਦਾ ਮੈਂ ਕੱਲ ਨੂੰ ਇਹ ਕਰਨਾ, ਮੈਂ ਕੱਲ ਨੂੰ ਇਹ ਕਰਨਾ, ਮੈਂ ਆਹ ਅਚੀਵ ਕਰਨਾ। ਜਦੋਂ ਕੱਲ ਆ ਜਾਂਦਾ ਤੇ ਬੰਦੇ ਕੋਲ ਉਹ ਚੀਜ਼ ਹੁੰਦੀ ਹੈ ਉਹਦੇ ਕੋਲ, ਉਸ ਟਾਈਮ ਬੰਦਾ ਸੋਚ ਰਿਹਾ ਹੁੰਦਾ ਯਾਰ ਮੇਰੇ ਕੋਲ ਹੁਣ ਇਹ ਅਚੀਵ ਕਰ ਲਾ, ਇਹ ਅਚੀਵ ਕਰ ਲਾ, ਇਹੀ ਗੇੜ ਦੇ ਵਿੱਚ ਘੁੰਮਦਾ ਰਹਿੰਦਾ। ਸਹੀ ਗੱਲ। ਪਰ ਜਦੋਂ ਇਨਸਾਨ ਨੂੰ ਪਤਾ ਲੱਗੇ ਵੀ ਹਾਂ ਯਾਰ ਪਹਿਲਾ ਟਾਰਗੇਟ ਅਚੀਵ ਕਰ ਲਿਆ, ਇਹਨੂੰ ਇੰਜੋਏ ਕਰੋ, ਬੜਾ ਜ਼ਰੂਰ ਹੈ। ਕੋਈ ਵੀ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਛੋਟੀ ਵੱਡੀ ਕੋਈ ਵੀ ਕਾਮਯਾਬੀ ਮਿਲੀ ਹੈ, ਉਹਨੂੰ ਉਹਦਾ ਆਨੰਦ ਮਾਣੋ, ਇੰਜੋਏ ਜ਼ਰੂਰ ਕਰੋ। ਏਦਾਂ ਹੀ ਜੇ ਆਪਾਂ ਅੱਗੇ ਦੇ ਗੇੜ ਦੇ ਵਿੱਚ ਚੱਕਰਾਂ 'ਚ ਪੈਂਦੇ ਰਹੇ ਤੇ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿੱਥੇ ਮੁੱਕ ਜਾਣੀ ਹੈ, ਕਿਵੇਂ ਸਪੀਡ ਦੇ ਨਾਲ ਨਿਕਲ ਜਾਣੀ ਹੈ। ਸਹੀ ਗੱਲ। ਤੇ ਏਦਾਂ ਹੀ ਜੀ, ਪਹਿਲਾਂ ਮੈਂ ਆਪਣੀ ਗੱਲ ਦੱਸਦਾ, ਤੇ ਸਟੱਡੀ ਕਰਨ ਦਾ ਮੌਕਾ ਮਿਲਿਆ ਨਿਊਜ਼ੀਲੈਂਡ ਜਾ ਕੇ, ਤੇ ਉੱਥੇ ਵੀ ਸੋਚਦੇ ਸੀ ਯਾਰ ਵੀ ਸਟੱਡੀ ਕਰ ਲਈ, ਹੁਣ ਪੱਕੇ ਵਾਲਾ ਕੰਮ ਤੁਹਾਨੂੰ ਪਤਾ ਸਾਰਿਆਂ ਨੂੰ ਹੁੰਦਾ ਵੀ ਪਹਿਲਾਂ ਪੱਕੇ ਹੋਈਏ। ਹਾਂਜੀ। ਤੇ ਉਹ ਕੰਮ ਕਰਦੇ ਕਰਦੇ ਉੱਥੇ ਐਲੀਜੀਬਲ ਹੋ ਗਏ, ਨਾਲ ਦੀ ਨਾਲ ਆਪਾਂ ਪੇਪਰ ਲਾ ਤੇ ਕੈਨੇਡਾ ਵਾਲੀ ਸਾਈਡ ਦੇ ਵੀ। ਫਿਰ ਜਦੋਂ ਕੈਨੇਡਾ ਆ ਗਏ ਤੇ ਸ਼ੁਰੂ ਵਿੱਚ ਤਾਂ ਕਹੀਏ ਯਾਰ 2 ਮਹੀਨੇ ਯਾਰ ਉੱਥੇ ਹੀ ਵਧੀਆ ਸੀ, ਆਪਾਂ ਏਦਾਂ ਹੀ ਆ ਗਏ ਆ, ਠੰਡ ਬੜੀ ਪੈਂਦੀ ਆ, ਏਦਾਂ ਇੱਥੇ ਇਹ ਹੁੰਦਾ ਉਹ ਹੁੰਦਾ। ਸਹੀ ਗੱਲ। ਤੇ ਹੁਣ ਸਮਝ ਲੱਗੀ ਜਾ ਕੇ ਵੀ ਆਪਣੇ ਸਰੋਤਿਆਂ ਦੇ ਨਾਲ ਰੂਬਰੂ ਵੀ ਤਾਂ ਹੋਣਾ ਸੀ ਨਾ, ਰੱਬ ਨੇ ਕਿੰਨਾ ਵਧੀਆ ਸੋਚਿਆ ਸੀ। ਕੀ ਬਾਤ! ਇਹ ਆਪਣੇ ਵੱਲੋਂ ਇੱਕ ਰੱਬ ਦੀ ਬਲੈਸਿੰਗ ਸਮਝਦੇ ਆ ਜੀ, ਤੇ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ। ਸਹੀ ਗੱਲ ਹੈ, ਸਹੀ ਗੱਲ ਹੈ ਮਿੱਤਰੋ, ਬੜਾ ਕੁਝ ਸੋਚਿਆ ਹੁੰਦਾ ਪਰਮਾਤਮਾ ਨੇ, ਤੇ ਜਿਵੇਂ ਸਰਬਜੀਤ ਬਾਈ ਨੇ ਦੱਸਿਆ ਹੈਗਾ ਵੀ ਗੱਲਾਂ ਬਾਤਾਂ ਜਿਵੇਂ ਕਰਦੇ ਹੈਗੇ ਆ ਤੇ ਸੋਚੀ ਜਾਂਦੇ ਰਹਿੰਦੇ ਹੈਗੇ ਆ, ਕਿਤੇ ਨਾ ਕਿਤੇ ਅਸੀਂ ਸੋਚਦੇ ਰਹਿਣਾ ਵੀ ਕੱਲ ਵਧੀਆ ਹੋਊ। ਜਿਵੇਂ ਅਸੀਂ ਥੋੜੇ ਦਿਨ ਪਹਿਲਾਂ ਇੱਕ ਪੋਸਟ ਵੀ ਕਰੀ ਸੀਗੀ ਸਾਂਝ ਰੇਡੀਓ ਦੇ ਪੇਜ ਦੇ ਉੱਤੇ, ਵੀ ਅਸੀਂ ਸੋਚੀ ਜਾਂਦੇ ਰਹਿੰਦੇ ਆ ਵੀ ਕੱਲ ਵਧੀਆ ਹੋਊ, ਫਿਰ ਕੱਲ ਜਦੋਂ ਆ ਜਾਂਦੀ ਹੈ ਫਿਰ ਅਸੀਂ ਇਹੀ ਕਹਿੰਦੇ ਆ ਵੀ ਕੱਲ ਵਧੀਆ ਹੋਊ, ਪਰ ਕਿਤੇ ਨਾ ਕਿਤੇ ਇਹਦੇ ਵਿੱਚ ਸਾਡਾ ਅੱਜ ਗਵਾਚੀ ਜਾਂਦਾ। ਇਸ ਕਰਕੇ ਕੋਸ਼ਿਸ਼ ਕਰੋ ਮਿੱਤਰੋ, ਸਾਨੂੰ ਪਤਾ ਹੈ ਕਈ ਵਾਰ ਟਾਈਮ ਥੋੜਾ ਔਖਾ ਹੁੰਦਾ, ਪਰ ਉਹ ਪਰਮਾਤਮਾ ਦੀ ਸਭ ਤੋਂ ਵੱਡੀ ਸ਼ਕਤੀ, ਉਹਦਾ ਨਾਮ ਜੇ ਲੈਂਦੇ ਰਹਾਂਗੇ ਤੇ ਆਪਦੇ ਮਾਪਿਆਂ ਦੀ ਰਜ਼ਾ ਦੇ ਵਿੱਚ ਰਵਾਂਗੇ, ਪਰਮਾਤਮਾ ਦੀ ਰਜ਼ਾ ਦੇ ਵਿੱਚ ਰਵਾਂਗੇ, ਆਪਦੇ ਭੈਣ ਭਰਾ ਯਾਰ ਦੋਸਤ ਸਭ ਦੀ ਰਿਸਪੈਕਟ ਕਰਾਂਗੇ, ਆਪਦਾ ਇਰਦ ਗਿਰਦ ਸੰਭਾਲ ਕੇ ਰੱਖਾਂਗੇ, ਤੇ ਇਹਨਾਂ ਚੀਜ਼ਾਂ ਨਾਲ ਹੀ ਕਿਤੇ ਨਾ ਕਿਤੇ ਉਹ ਸਾਡੇ ਜਿਹੜੇ ਕਰਮ ਨੇ ਉਹਨਾਂ ਨੇ ਪੋਜ਼ਿਟਿਵ ਤਰੀਕੇ ਨਾਲ ਚੱਲਦੇ ਰਹਿਣਾ, ਤੇ ਸਾਨੂੰ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਪੋਜ਼ਿਟਿਵ ਮਿਲਦੀਆਂ ਰਹਿਣਗੀਆਂ। ਤੇ ਬਾਈ ਜੀ, ਫੇਸਬੁੱਕ ਤੇ ਵੀ ਬਹੁਤ ਪਿਆਰ ਆ ਰਿਹਾ, ਬੱਬੂ ਭੱਟੀ ਜੀ ਨੇ ਪਹਿਲਾਂ ਹੀ ਸਾਨੂੰ ਸਵਾਗਤ ਕਰਤਾ, ਥੈਂਕ ਯੂ ਸੋ ਮਚ ਬੱਬੂ ਜੀ, ਹਮੇਸ਼ਾ ਹੀ ਸਾਨੂੰ ਪਿਆਰ ਕਰਦੇ ਨੇ। ਬਹੁਤ ਵਧੀਆ ਜੀ, ਹਮੇਸ਼ਾ ਦੀ ਤਰ੍ਹਾਂ। ਤੇ ਇੱਕ ਵਾਰ ਸਟੂਡੀਓ ਦਾ ਨੰਬਰ ਵੀ ਦੱਸ ਦਈਏ, 905-673-33-37, 905-673-33-37 ਤੇ ਗੱਲਬਾਤ ਹੋ ਸਕਦੀ ਹੈ। ਤੇ ਜੇ ਘਰ ਦੇ ਵਿੱਚ ਵਾਈਫ ਕਵੇ ਵੀ ਹਾਂ ਯਾਰ ਹੁਣ ਕਿਚਨ ਪੁਰਾਣੀ ਹੋ ਗਈ ਤੇ ਕਿਚਨ ਦਾ ਕੰਮ ਕਰਵਾਓ, ਹਾਈ ਐਂਡ ਕਿਚਨ ਚਾਹੀਦੀ ਹੈ 5-star ਦੇ ਵਾਂਗ, ਫਿਰ ਤੁਸੀਂ ਨੰਬਰ ਕਿੱਥੋਂ ਦਾ ਮਿਲਾਣਾ ਜੀ? ਤੁਸੀਂ ਨੰਬਰ ਮਿਲਾਣਾ ਸਿੰਘ ਕਿਚਨ ਕੈਬਿਨੇਟ ਵਾਲਿਆਂ ਦਾ, ਬੜਾ ਵਧੀਆ ਕੰਮ ਤਸੱਲੀ ਦੇ ਨਾਲ ਕੀਤਾ ਜਾਂਦਾ ਜੀ। ਕਾਊਂਟਰ ਟੋਪਸ, ਬਾਥ ਵੈਨਿਟੀਜ਼ ਜਾਂ ਵੁੱਡਵਰਕਿੰਗ ਦਾ ਕੰਮ ਤੁਸੀਂ ਘਰ ਦੇ ਵਿੱਚ ਕਰਵਾਉਣਾ ਹੋਵੇ ਹਾਈ ਐਂਡ, ਤੇ ਕਾਲ ਕਰੋ ਸਿੰਘ ਕਿਚਨ ਕੈਬਿਨੇਟ, ਨੰਬਰ 647-201-5569, 647-201-5569 ਤੇ ਸਿੰਘ ਕਿਚਨ ਕੈਬਿਨੇਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਤੇ ਲੋਕੇਟਿਡ ਨੇ ਨੰਬਰ 18 ਆਟੋਮੈਟਿਕ ਰੋਡ ਬ੍ਰੈਂਪਟਨ ਦੇ ਵਿੱਚ, ਯੂਨਿਟ ਨੰਬਰ 24, ਨੰਬਰ 647
202-155-6969 ਤੇ ਸੰਪਰਕ ਕੀਤਾ ਜਾ ਸਕਦਾ ਜੀ। ਬਿਲਕੁਲ ਮਿੱਤਰੋ, ਤੇ ਗੌਰਵ ਨਰੂਲਾ ਜੀ ਕਾਲ ਇੱਕ ਹੋਲਡ ਤੇ ਹੈਗੀ ਹੈ, ਜ਼ਰੂਰ ਪਿੱਕ ਕਰਦੇ ਹਾਂ। ਗੌਰਵ ਨਰੂਲਾ ਜੀ ਦਾ ਨੰਬਰ ਜ਼ਰੂਰ ਨੋਟ ਕਰ ਲਓ ਜੇ ਕੋਈ ਪ੍ਰਾਪਰਟੀ ਖਰੀਦਣੀ ਹੈ, ਵੇਚਣੀ ਹੈ ਜਾਂ ਇਨਵੈਸਟਮੈਂਟ ਵਾਸਤੇ ਦੇਖ ਰਹੇ ਹੋ, ਤੇ ਬਾਈ ਜੀ ਡਿਟੇਲ ਦੇਣਗੇ ਉਹਨਾਂ ਦੇ ਪ੍ਰੋਜੈਕਟ। ਬਿਲਕੁਲ ਜੀ, ਬੜਾ ਵਧੀਆ ਘਰ ਇੱਕ ਕੈਂਬਰੇਜ ਦੇ ਵਿੱਚ ਆਇਆ, ਡਿਟੈਚ ਘਰ ਹੈ, 3+1 ਬੈਡਰੂਮ 4 ਵਾਸ਼ਰੂਮ ਦੇ ਨਾਲ, ਤੇ ਨਾਲ ਦੀ ਨਾਲ ਘਰ ਦੇ ਵਿੱਚ ਬੜੀ ਵਧੀਆ 100 ਤੋਂ ਵੱਧ ਪੋਰਟ ਲਾਈਟ ਤੇ ਘਰ ਦੇ ਵਿੱਚ ਪੂਲ ਵੀ ਹੈ। ਕੀ ਬਾਤ ਹੈ, ਜਿਹੜੇ ਪੂਲ ਦੇ ਸ਼ੌਕੀਨ ਆ, ਸਮਰ ਟਾਈਮ ਆ ਰਿਹਾ, ਤੇ ਜਿਹੜੀ ਲਿਸਟਿੰਗ ਇਹ ਇਸ ਟਾਈਮ ਹਜੇ ਐਕਸਕਲੂਸਿਵਲੀ ਸਿਰਫ ਗੌਰਵ ਨਰੂਲਾ ਜੀ ਕੋਲ ਹੈ, ਤੇ ਪ੍ਰਾਈਵੇਟ ਸ਼ੋਇੰਗ ਲਈ ਤੁਸੀਂ ਗੌਰਵ ਨਰੂਲਾ ਜੀ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਗੌਰਵ ਨਰੂਲਾ ਜੀ ਦਾ 647-0730 ਤੇ ਗੌਰਵ ਨਰੂਲਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਚਲਦੇ ਹਾਂ ਅਗਲੀ ਕਾਲ ਦੇ ਵੱਲ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਭਾਜੀ? ਹਾਂਜੀ, ਬਹੁਤ ਵਧੀਆ, ਤੁਹਾਨੂੰ ਦੋਨਾਂ ਭਰਾਵਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਕੀ ਲੈ ਕੇ ਆਇਓ? ਹਾਂਜੀ ਭਾਈ, ਸ਼ੋਅ ਤੁਹਾਡਾ ਬਹੁਤ ਵਧੀਆ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬਸ ਪ੍ਰੈਜ਼ੈਂਟ ਟਾਈਮ 'ਚ ਬੰਦੇ ਨੂੰ ਰਹਿਣਾ ਚਾਹੀਦਾ, ਪਾਸਟ ਜਿਹੜਾ ਨਿਕਲ ਗਿਆ ਉਹ 'ਚੋਂ ਲਰਨ ਕਰਨਾ ਚਾਹੀਦਾ। ਹਾਂਜੀ, ਪਿਕਚਰ ਕਿਸੇ ਦਾ ਦੇਖਿਆ ਨਹੀਂ ਹੈਗਾ, ਤੇ ਆਪਾਂ ਜੋ ਮਰਜ਼ੀ ਕਾਪੀ ਪੈਨਸਲ ਲੈ ਕੇ ਪਲੈਨਿੰਗਾਂ ਕਰਦੇ ਰਹੀਏ ਨਾ, ਬਾਬਾ ਜੀ ਦੀ ਪਲੈਨਿੰਗ ਦਾ ਕਿਸੇ ਨੂੰ ਨਹੀਂ ਪਤਾ। ਸਹੀ ਗੱਲ ਹੈ, ਕੀ ਬਾਤ ਹੈ। ਇਸ ਲਈ ਜੋ ਆਪਣੇ ਕੋਲ ਹੈਗਾ ਨਾ, ਉਹਦੇ ਵਿੱਚ ਰਹਿਣਾ, ਖੁਸ਼ ਰਹਿਣਾ ਸਿੱਖੋ। ਅਸੀਂ ਅੱਗੇ ਅੱਗੇ ਦੀ ਦੌੜ ਵਿੱਚ ਜਿਹੜਾ ਹੁਣ ਹੈਗਾ ਇਹਦਾ ਇੰਜੋਏ ਕਰਨਾ ਭੁੱਲ ਜਾਂਦੇ ਹਾਂ। ਸਹੀ ਗੱਲ, ਕੀ ਬਾਤ ਹੈ। ਆਪਾਂ ਰੇਡੀਓ ਤੇ ਆ ਕੇ ਗੱਲਾਂ ਕੀ ਮਰਜ਼ੀ ਕਰਦਾ, ਉੱਥੇ ਮੈਂ ਇਹ ਰਿਕੁਐਸਟ ਕਰਦਾ ਸਾਰਿਆਂ ਨੂੰ, ਕਾਲਰਾਂ ਨੂੰ, ਜਿੰਨੇ ਵੀ ਲਿਸਨਰ ਹੈਗੇ ਆ, ਕਿ ਬਸ ਉੱਥੇ ਅਮਲ ਵੀ ਜ਼ਰੂਰ ਕਰੋ, ਜਾਂ ਜਿੰਨੇ ਵੀ ਸੁਣਦੇ ਹੈਗੇ ਆ, ਤੇ ਆਪਾਂ ਅਮਲ ਕਰੋ ਜ਼ਰੂਰ। ਬਸ ਇਹ ਗੱਲ ਸਾਡੇ ਲਈ ਵੀ ਸੇਮ ਹੀ ਹੈ ਜੀ। ਬਿਲਕੁਲ, ਇਹ ਨਹੀਂ ਕਿ ਆਪਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਤੇ ਜਦੋਂ ਗੱਲ ਬੰਦ ਕਰਤੀ ਤੇ ਆਪਾਂ ਫਿਰ ਉਹੀ ਚੱਕਰ 'ਚ ਪੈ ਜਾਈਏ। ਪਲੀਜ਼ ਅਮਲ ਕਰੋ, ਤੇ ਜਿਹੜਾ ਸੰਸਾਰ ਵਰਲਡ ਨੂੰ ਪੀਸਫੁਲ 'ਚ ਰਹਿਣ ਦਊਗਾ। ਕਿਆ ਬਾਤ ਹੈ, ਕਿਆ ਬਾਤ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਵਿਜੇ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਤੇ ਮਿੱਤਰੋ, ਟੌਪਿਕ ਦੇ ਵੱਲ ਨੂੰ ਵੀ ਜ਼ਰੂਰ ਸਾਡੇ ਨਾਲ ਸਾਂਝ ਪਾਓ, ਵੀ ਕੋਈ ਇਹੋ ਜਿਹਾ ਚਮਤਕਾਰ ਹੋਇਆ ਹੋਵੇ, ਸੋਚਿਆ ਨਾ ਹੋਵੇ, ਫਿਰ ਵੀ ਚਮਤਕਾਰ ਸਾਡੀ ਝੋਲੀ ਪਰਮਾਤਮਾ ਨੇ ਪਾਤਾ ਹੋਵੇ, ਸਾਂਝ ਪਾਓ 905-673-33-37। ਬਿਲਕੁਲ ਜੀ, ਤਰਜਿੰਦਰ ਬਾਈ ਕਹਿੰਦੇ ਸੀ ਯਾਰ, ਕਹਿੰਦੇ ਭੁੱਖ ਲੱਗੀ ਅੱਜ ਕਰੀਏ ਕੀ, ਤੇ ਜੇ ਭੁੱਖ ਲੱਗੀ ਹੈ ਤੇ ਸਵਾਦ ਵਾਲਾ ਪੀਜ਼ਾ ਕਿੱਥੋਂ ਮਿਲਦਾ ਜੀ? ਗ੍ਰੈਬਾ ਪੀਜ਼ਾ ਵਾਲੇ ਕੋਲ, ਬੜਾ ਵਧੀਆ। 2 ਲਾਰਜ ਸਾਈਜ਼ ਪੀਜ਼ਾ, 3 ਟੌਪਿੰਗ ਈਚ, $20 ਇਨਕਲੂਡਿੰਗ ਟੈਕਸ। ਸਭ ਤੋਂ ਖਾਸੀਅਤ, ਰੈਨਡ ਫਰੀ ਚੀਜ਼ ਯੂਜ਼ ਕੀਤਾ ਜਾਂਦਾ, ਜੋ ਕਿ 100% ਮਿਲਕ ਦੇ ਨਾਲ ਤਿਆਰ ਕੀਤਾ ਜਾਂਦਾ ਹੈ, ਨੋ ਐਨੀਮਲ ਫੈਟ, ਤੇ ਸਰਵ ਕਰ ਰਹੇ ਨੇ ਤੁਹਾਨੂੰ 4 ਲੋਕੇਸ਼ਨਾਂ ਤੋਂ। ਕੈਲਡਨ ਲੋਕੇਸ਼ਨ ਜਿਹੜੀ ਏਅਰਪੋਰਟ ਤੇ ਮੇਫੀਲਡ ਤੇ ਹੈ, ਅੱਜ ਕੱਲ ਬਿਜ਼ੀ ਬਹੁਤ ਹੈ। ਨੰਬਰ 905-857-9200। ਬਿਜ਼ੀ ਦੇਖਦੇ ਹੋਏ ਬ੍ਰੈਂਪਟਨ ਦੇ ਵਿੱਚ ਵੀ ਇੱਕ ਹੋਰ ਲੋਕੇਸ਼ਨ ਖੋਲੀ ਗਈ ਹੈ। ਨੰਬਰ 2 ਫਿਲੋਸਫਰ ਟ੍ਰੇਲ, ਬੋਵੇਡ ਐਂਡ ਸਨੀ ਮੈਡੋ ਦੇ ਇੰਟਰਸੈਕਸ਼ਨ ਤੇ। ਤੇ ਨੰਬਰ ਆਰਡਰ ਪਲੇਸ ਕਰਨ ਦੇ ਲਈ 905-216-9201-905-216-9201। ਗ੍ਰੈਬ ਆ ਪੀਜ਼ਾ ਤੇ ਸੰਪਰਕ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ। ਬਿਲਕੁਲ ਬਿਲਕੁਲ ਮਿੱਤਰੋ, ਕਾਲ ਵੀ ਲੈਂਦੇ ਹਾਂ ਤੇ ਨਾਲ ਦੀ ਨਾਲ ਡਰਾਈਵ ਟੂ ਇਮੀਗ੍ਰੇਸ਼ਨ ਦਾ ਨੰਬਰ ਦੇਣਾ ਚਾਹੁੰਦਾ ਮੈਂ ਡਰਾਈਵ ਟੂ ਇਮੀਗ੍ਰੇਸ਼ਨ ਦਾ ਨੰਬਰ ਸੰਦੀਪ ਸਿੰਘ ਸਾਹਿਬ ਦਾ। ਕੋਈ ਵੀ ਇਮੀਗ੍ਰੇਸ਼ਨ ਦੇ ਰਿਲੇਟਡ ਸਾਡਾ ਕੁਐਸਚਨ ਹੁੰਦਾ ਤੇ ਹਮੇਸ਼ਾ ਯਾਦ ਰੱਖੋ ਡਰਾਈਵ ਟੂ ਇਮੀਗ੍ਰੇਸ਼ਨ ਸੰਦੀਪ ਸਿੰਘ ਸਾਹਿਬ ਨੂੰ। ਇਹਨਾਂ ਦੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ, ਐਕਸਪ੍ਰੈਸ ਐਂਟਰੀ, ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ, ਫੈਮਿਲੀ ਸਪੌਂਸਰਸ਼ਿਪ, ਸਪਾਊਸਲ ਸਪੌਂਸਰਸ਼ਿਪ, LMI ਦੀ ਐਪਲੀਕੇਸ਼ਨ, PNP ਦੇ ਪ੍ਰੋਗਰਾਮ, ਸਿਟੀਜ਼ਨਸ਼ਿਪ, PR ਕਾਰਡ ਐਕਸਟੈਂਡ ਕਰਵਾਉਣੀ ਹੈ। ਹਮੇਸ਼ਾ ਯਾਦ ਰੱਖੋ ਡਰਾਈਵ ਟੂ ਇਮੀਗ੍ਰੇਸ਼ਨ, ਸੰਦੀਪ ਸਿੰਘ ਸਾਹਿਬ ਲੀਡ ਕਰ ਰਹੇ ਨੇ। ਇਹਨਾਂ ਦਾ ਡਾਇਰੈਕਟ ਨੰਬਰ ਨੋਟ ਕਰ ਲਓ, 6476739025, 647-673-9025। ਸਾਂਝ ਰੇਡੀਓ ਦਾ ਵੇਰਵਾ ਦਿਓ, ਬਣਦਾ ਹੋਇਆ ਡਿਸਕਾਊਂਟ ਵੀ ਦਿੱਤਾ ਜਾਊਗਾ। ਬਿਲਕੁਲ ਜੀ, ਚਲਦੇ ਹਾਂ ਜੀ ਅਗਲੀ ਕਾਲ ਦੇ ਵੱਲ। ਇੰਦਰਜੀਤ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੇਟਾ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਹਾਂ, ਮੈਂ ਤੁਹਾਡੀ ਮਾਤਾ ਬੋਲਦੀ ਆ, ਕਹਿ ਲੋ। ਹਾਂਜੀ ਹਾਂਜੀ, ਇੰਦਰ ਨੂੰ, ਨਾਲੇ ਬਲਜਿੰਦਰ ਸਰਜੀਤ ਨੂੰ, ਮੇਰੇ ਕੰਨੀ ਬਹੁਤ ਬਹੁਤ ਪਿਆਰ ਪਹਿਲਾਂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਕਈ ਦਿਨ ਦੀ ਕਹਿੰਦੀ ਆ, ਦੁਨਾ ਪੁੱਤਾਂ ਲਾਵਾਂ ਫੋਨ ਮੈਂ, ਤੇ ਹੁਣ ਮੈਂ, ਅੱਜ ਮੈਨੂੰ ਮੌਕਾ ਮਿਲਿਆ, ਮੈਂ ਹੁਣੇ ਹੀ ਲਾਉਣੀ ਆ। ਕਿਆ ਬਾਤ, ਧੰਨਵਾਦ, ਰਾਜਵੀਰ ਦਾ ਇੱਕ ਨਵੀਂ ਦਾ ਇੱਕ ਤੁਹਾਡਾ, ਕਿਆ ਬਾਤ, ਬਹੁਤ ਹੀ ਪਿਆਰੇ ਲੱਗਦੇ ਹੋ। ਜਿਹੜਾ ਤੁਸੀਂ ਟੌਪਿਕ ਤੋਰਿਆ ਜਾਣ ਦਾ, ਜੇ ਮੈਂ ਕਹਾਂ ਜਿਹੜੀ ਅੱਜ ਮੈਂ ਕੈਨੇਡਾ ਚ ਬੈਠੀ ਆ, ਮੈਨੂੰ ਸੁਪਨੇ ਯਾਦ ਵੀ ਨਹੀਂ ਸੀਗਾ ਵੀ ਮੈਂ ਕੈਨੇਡਾ ਚ ਆਉਣਾ,
ਪੁੱਤ ਦੇ ਰਾਹੀਂ ਨੂੰਹ ਨੇ ਇੱਕ ਸੱਦਿਆ ਅਸੀਂ ਬੈਠੇ ਆ ਰੰਗ ਦੇਖਦੇ ਆ ਤੁਹਾਡੀ ਗੱਲਾਂ ਬਾਤਾਂ ਸੁਣਦੇ ਬਹੁਤ ਹੀ ਮੈਨੂੰ ਗੁੱਡ ਲੱਗਦੇ ਹੋ ਬਹੁਤ ਹੀ ਵਧੀਆ ਲੱਗਦੇ ਹੋ ਜਾਂ ਗੱਲ ਕਰਦੇ ਹੋ ਇੱਕ ਜਿਹੜਾ ਤੂੰ ਕੱਲ ਚਾਹੇ ਉਹ ਟੋਪ ਸੁਣਾਇਆ ਸੀਗਾ ਸ਼ੇਰ ਜਿਹਾ ਗੁਲਗੁਲੇ ਦਾ ਵੀ ਗੁਲਗੁਲਾ ਉਹ ਮੈਨੂੰ ਸਾਡੇ ਘਰ ਦੇ ਕਹਿੰਦੇ ਤੂੰ ਅੱਧਾ ਸੁਣਾਇਆ ਕਹਿੰਦੇ ਚੁਟਕਲਾ ਪੂਰਾ ਸੁਣਾਇਆ ਨੀ ਕਹਿੰਦੇ ਤੂੰ ਮੈਂ ਤੈਨੂੰ ਪੋਸੇ ਕਰਕੇ ਵਖਣਾ ਫਿਰ ਪੂਰਾ ਤੁਸੀਂ ਸੁਣਾਓ ਅੱਜ ਉਹ ਆਏ ਹੋਇਆ ਸੀ ਵੀ ਉਹ ਕਿਤੋਂ ਗੁਲਗੁਲੇ ਖਾ ਕੇ ਆਏ ਆ ਪ੍ਰੋਗਰਾਮ ਚੋ ਘਰ ਵਾਲੀ ਤੋਂ ਜਾ ਕੇ ਮੈਂ ਪਕਵਾਉਂਗਾ ਉਹ ਰਸਤੇ ਯਾਦ ਰੱਖੇ ਗੁਲਗੁਲੇ ਗੁਲਗੁਲੇ ਕਹਿੰਦਾ ਆ ਜਦ ਖਾਲ ਟੱਪਣ ਲੱਗੇ ਉੱਥੇ ਆ ਕੇ ਕਹਿੰਦੇ ਆ ਉਪੜੇ ਉੱਥੇ ਆ ਕੇ ਭੁੱਲ ਗਿਆ ਮੇਰੇ ਵਰਗਾ ਜਾਂ ਭੁੱਲ ਗਿਆ ਘਰ ਵਾਲੀ ਨੂੰ ਕੁੱਤੀ ਗਿਆ ਆ ਕੇ ਉਹ ਕਹਿੰਦਾ ਤਾਂ ਸਹੀ ਉਪੜੇ ਕਹੀ ਜਾਵੇ ਉਹ ਮੇਰੇ ਭਾਈ ਸਮਾਨ ਲੈਣਾ ਕਹਿੰਦੇ ਇਹਨੂੰ ਕੁੱਤੀ ਕਰਦੇ ਜਾਣਾ ਕੁੱਟ ਕੁੱਟ ਤੂੰ ਗੁਲਗੁਲੇ ਵਰਗੀ ਕਰਦੀ ਗੁਲਗੁਲੇ ਧੰਨਵਾਦ ਜੀ ਸਾਡੀ ਸਾਂਝ ਨੂੰ ਪੂਰਾ ਕਰਨ ਵਾਸਤੇ ਕਿਆ ਬਾਤ ਤੁਹਾਨੂੰ ਪਿਆਰ ਤੁਹਾਡੇ ਬੱਚਿਆਂ ਨੂੰ ਸਾਰੇ ਫੈਮਿਲੀ ਨੂੰ ਮੈਂ ਨਾਲੇ ਤੁਹਾਨੂੰ ਥੈਂਕ ਯੂ ਜਿਹੜਾ ਤੁਹਾਡਾ ਪ੍ਰੋਗਰਾਮ ਚੱਲ ਪਿਆ ਹਨਾ ਸਭ ਤੁਹਾਨੂੰ ਚੜ੍ਹਦੀਆਂ ਗੱਲਾਂ ਚ ਰੱਖੇ ਧੰਨਵਾਦ ਜੀ ਧੰਨਵਾਦ ਮਾਤਾ ਜੀ ਧੰਨਵਾਦ ਤੁਸੀਂ ਵੀ ਧਿਆਨ ਰੱਖਣਾ ਆਪਣਾ ਹਾਂਜੀ ਸਤਿ ਸ਼੍ਰੀ ਅਕਾਲ ਇਹ ਸਾਡੇ ਲਈ ਦੇਖੋ ਜੀ ਲਵਜ਼ ਬਹੁਤ ਵੱਡਾ ਕੰਮ ਕਰਦੇ ਆ ਤੇ ਅਸੀਂ ਬਹੁਤ ਰਹਿਣੀ ਆ ਜੀ ਦੇਖੋ ਸਾਡੇ ਸਾਰੇ ਸਰੋਤਿਆਂ ਦੇ ਇੰਨਾ ਪਿਆਰ ਇਹ ਘਰ ਵਰਗਾ ਮਾਹੌਲ ਜਿਵੇਂ ਜਦੋਂ ਬਣਦਾ ਨਾ ਫਿਰ ਇਨਸਾਨ ਦੇ ਵਿੱਚ ਹੁੰਦਾ ਵੀ ਹਾਂ ਜੀ ਕੁਛ ਵਧੀਆ ਸਾਡੇ ਸਰੋਤਿਆਂ ਦੇ ਲੈ ਕੇ ਆਈਏ ਉਹਨਾਂ ਦਾ ਵਧੀਆ ਟਾਈਮ ਹੰਡਾਈਏ ਸਹੀ ਗੱਲ ਹੈ ਮਿੱਤਰੋ ਇਹੀ ਕਰਮ ਨੇ ਇਹੀ ਧੰਨਵਾਦ ਕਰਦੇ ਹਾਂ ਸਾਡੇ ਸਰੋਤਿਆਂ ਦੇ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਸਾਡੇ ਭਰਾ ਹੁਣ ਤਾਂ ਬੱਚੇ ਵੀ ਬਾਈ ਜੀ ਹੁਣ ਤਾਂ ਬੱਚੇ ਵੀ ਕੱਲ ਆਪਾਂ ਨੂੰ ਬੱਚੇ ਵੀ ਇੰਨਾ ਪਿਆਰ ਕਰ ਰਹੇ ਹੈਗੇ ਨੇ ਬੱਚਿਆਂ ਦੇ ਵੀ ਕੌਲਾਂ ਆਉਣ ਲੱਗੀਆਂ ਨੇ ਬਹੁਤ ਬਹੁਤ ਧੰਨਵਾਦੀਆਂ ਤੇ ਬਹੁਤ ਬਹੁਤ ਰਿਣੀ ਹੈਗੇ ਆ ਤੇ ਕੌਲਾਂ ਵੀ ਆ ਰਹੀਆਂ ਨੇ ਬਾਈ ਜੀ ਬਿਲਕੁਲ ਜੀ ਤੁਸੀਂ ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ ਐਟ AM 530 ਸਰਬਜੀਤ ਸਿੰਘ ਅਤੇ ਰਜਿੰਦਰ ਸਿੰਘ ਦੇ ਨਾਲ ਤੁਸੀਂ ਆਪਣਾ ਸੁਪਨਿਆਂ ਦਾ ਘਰ ਲੱਭ ਰਹੇ ਹੋ ਤੇ ਸੁਪਨੇ ਦੇ ਘਰ ਦੀ ਚਾਬੀ ਤੁਹਾਨੂੰ ਦਵਾਣਗੇ ਅੰਤਰ ਮਠਾੜੂ ਜੀ ਰਾਇਲ ਲੀ ਪੇਜ ਫਲਾਵਰ ਸਿਟੀ ਰਿਐਲਟੀ ਦੇ ਨਾਲ ਕੰਮ ਕਰਦੇ ਆ ਤੁਸੀਂ ਪ੍ਰੋਪਰਟੀ ਬਾਏ ਕਰਨੀ ਹੈ ਸੈਲ ਕਰਨੀ ਹੈ ਇਨਵੈਸਟਮੈਂਟ ਜਾਂ ਲੀਜ਼ ਦੇ ਲਈ ਕੋਈ ਪ੍ਰੋਪਰਟੀ ਲੱਭ ਰਹੇ ਹੋ ਤਾਂ ਅੰਤਰ ਮਠਾੜੂ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਨੰਬਰ 416-910-0100-410-0100 ਤੇ ਅੰਤਰ ਮਠਾੜੂ ਜੀ ਨਾਲ ਸੰਪਰਕ ਕਰੋ ਜੀ ਬਿਲਕੁਲ ਜੀ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਸਾਂਝ ਰੇਡੀਓ ਟੋਰਾਂਟੋ ਤੇ ਸਟੂਡੀਓ ਦਾ ਫੋਨ ਨੰਬਰ 905-673-9056-733-3337 ਤੇ ਗੱਲਬਾਤ ਹੋ ਸਕਦੀ ਹੈ ਜੀ ਬਿਲਕੁਲ ਮਿੱਤਰੋ ਤੇ ਬਿਲਕੁਲ ਕਨੈਕਟ ਕਰੋ ਕੁਝ ਕਾਲਾਂ ਮਿਸ ਹੋ ਚੁੱਕੀਆਂ ਨੇ ਤੁਸੀਂ ਸਾਨੂੰ ਦੁਬਾਰਾ ਕਾਲ ਕਰ ਸਕਦੇ ਹੋ 905-673-3337 ਤੇ ਨਾਲ ਦੀ ਨਾਲ ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ ਦਾ ਨੰਬਰ ਦੇਣਾ ਮਿੱਤਰੋ ਤੇ ਸਾਂਝ ਰੇਡੀਓ ਦਾ ਜੇ ਰੈਫਰੈਂਸ ਦਓਗੇ ਜੇ ਟਰੱਕ ਸਿੱਖਣਾ ਨਾਮ ਕਿਹਦਾ ਲੈਣਾ ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ ਦਾ ਤੇ ਜੇ $500 ਦਾ ਡਿਸਕਾਊਂਟ ਲੈਣਾ ਤਾਂ ਨਾਮ ਲੈਣਾ ਸਾਂਝ ਰੇਡੀਓ ਦਾ ਸਾਂਝ ਰੇਡੀਓ ਦਾ ਰੈਫਰੈਂਸ ਦੇ ਦਿਓ ਬਾਈ ਜੀ ਨੇ $500 ਦਾ ਡਿਸਕਾਊਂਟ ਦੇ ਦੇਣਾ ਅਰਲੀ ਟੈਸਟ ਡੇਟਾਂ ਦਵਾਉਂਦੇ ਨੇ ਸਟੂਡੈਂਟਾਂ ਵਾਸਤੇ ਅਲੱਗ ਤੋਂ ਹੈਲਪ ਕੀਤੀ ਜਾਂਦੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਚੀਜ਼ ਦੇ ਵਿੱਚ ਸਾਰੀ ਦੁਨੀਆ ਭਾਲ ਫਿਰਦੀ ਹੈ ਜੌਬ ਲਗਵਾ ਕੇ ਦਿੰਦੇ ਨੇ ਹੋਰ ਦੱਸੋ ਕੀ ਭਾਲਦੇ ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ ਉਹ ਕਹਿੰਦੇ ਨਾ ਕਹਿੰਦੇ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਪਾ ਹੋਰ ਦੱਸ ਕੀ ਭਾਲਦੀ ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ 6472963438 647-296-3334-38 ਤੇ ਕਾਲ ਕਰਕੇ ਸਾਂਝ ਰੇਡੀਓ ਦਾ ਰੈਫਰੈਂਸ ਦੇ ਦਿਓ ਬਿਲਕੁਲ ਜੀ ਤੇ ਸਟੂਡੀਓ ਦਾ ਫੋਨ ਨੰਬਰ 905-673-3337 ਤੇ ਗੱਲਬਾਤ ਹੋ ਸਕਦੀ ਹੈ ਤੇ ਚੱਲਦੇ ਆ ਜੀ ਅਗਲੀ ਕਾਲ ਦੇ ਵੱਲ ਹੈਲੋ ਸਤਿ ਸ੍ਰੀ ਅਕਾਲ ਜੀ ਹੈਲੋ ਸਤਿ ਸ੍ਰੀ ਅਕਾਲ ਸਰ ਕਿੱਦਾਂ ਸਰ ਠੀਕ ਹੋ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਸਰ ਮੇਰਾ ਨਾਮ ਸ਼ੁਭਿੰਦਰ ਹੈਗਾ ਹਾਂਜੀ ਸ਼ੁਭਿੰਦਰ ਜੀ ਮੈਂ ਗੱਲ ਸ਼ੇਅਰ ਕਰਨਾ ਚਾਹੁੰਦਾ ਸੀਗਾ ਤੁਸੀਂ ਕਹਿੰਦੇ ਕੋਈ ਚਮਤਕਾਰ ਹੋਇਆ ਕੋਈ ਇਸ ਤਰ੍ਹਾਂ ਦੀ ਗੱਲ ਕੋਈ ਸ਼ੇਅਰ ਕਰੋ ਰਾਈਟ ਹਾਂਜੀ ਪਲੀਜ਼ ਤੇ ਮੈਂ ਦੱਸਦਾ ਸਰ ਮੈਂ ਅਗਸਤ ਦੇ ਅੰਦਰ ਆਇਆ ਮਗਰ ਅਗਸਤ ਦੇ ਅੰਦਰ ਮੈਂ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀਗਾ ਹਾਂਜੀ ਇੰਡੀਆ ਤੋਂ ਹਾਂਜੀ ਹਾਂ ਅਰਾਊਂਡ 1st ਆਫ ਅਗਸਤ ਔਰ ਮੇਰਾ ਕੋਰਸ ਸਟਾਰਟ ਸੀਗਾ 20th ਆਫ ਅਗਸਤ ਤੋਂ ਹਾਂਜੀ ਰਾਈਟ ਤੇ ਮਤਲਬ ਇੰਨੀ ਛੇਤੀ ਹੁੰਦਾ ਨੀ ਕਿਸੇ ਦਾ ਵੀ ਮਤਲਬ ਸਟੱਡੀ ਵੀਜ਼ਾ ਨੂੰ ਘੱਟੋ ਘੱਟ 4 ਮਹੀਨੇ ਲੱਗ ਜਾਂਦੇ ਮੈਂ ਗੱਲ ਕਰ ਰਿਹਾ 2015 ਦੀ ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਨਾ ਮਤਲਬ ਮੈਂ ਐਮਬੈਸੀ ਚਲਾ ਗਿਆ ਪਾਪਾ ਨੇ ਮੈਨੂੰ ਬੋਲਿਆ ਕਿ ਤੁਸੀਂ ਐਮਬੈਸੀ ਚਲੇ ਜਾਓ
ਤੇ ਐਮਬੈਸੀ ਤੇ ਕੁਛ ਨਾ ਕੁਛ ਹੋ ਜਾਊਗਾ। ਤੇ ਮੈਂ ਇੱਕ ਤਰ੍ਹਾਂ ਮੂੰਹ ਚੱਕ ਕੇ ਐਮਬੈਸੀ ਚਲਾ ਗਿਆ, ਦਿੱਲੀ ਐਮਬੈਸੀ ਹਾਈ ਕਮਿਸ਼ਨ। ਤੇ ਉੱਧਰ ਕੁਦਰਤੀ ਸਰ ਪਹਿਲਾਂ ਗਿਆ, ਸਿਕਿਉਰਿਟੀ ਗਾਰਡ ਨੇ ਬਾਹਰ ਭਜਾ ਦਿੱਤਾ ਕਿ ਤੁਸੀਂ ਅੰਦਰ ਨੀ ਆ ਸਕਦੇ, ਇਸ ਤਰ੍ਹਾਂ ਐਂਟਰੀ ਨਹੀਂ ਦੱਸਦੇ, ਤੁਹਾਡੇ ਕੋਲ ਅਪੁਆਇੰਟਮੈਂਟ ਨਹੀਂ ਹੈਗਾ। ਪਰ ਮੈਂ ਉਹਨੂੰ ਰਿਕੁਐਸਟ ਕੀਤੀ ਸਰ ਪਲੀਜ਼ ਸਰ ਇਸ ਤਰ੍ਹਾਂ ਮੇਰਾ ਕੇਸ ਹੈਗਾ ਸਰ, ਮੇਰੀ 20th August ਤੋਂ ਮੇਰੀ ਕਲਾਸ ਸਟਾਰਟ ਹੋ ਰਹੀ ਹੈ। ਪਰ ਸਰ ਮਤਲਬ ਰਬਤੀ ਸੀਗਾ ਸਰ ਕਿ ਉਹਨਾਂ ਨੇ ਸਰ ਲਿਖਿਆ ਸੀਗਾ ਆਉਣਾ ਤਾਂ ਆਉਣਾ ਹੀ ਲਿਖਿਆ ਸੀਗਾ, ਇੱਕ ਦਿਨ ਦਾ ਵੀਜ਼ਾ ਹੋ ਗਿਆ ਸਰ, ਇੱਕ ਦਿਨ ਦੇ ਵਿੱਚ। ਓ ਵਾਓ ਵਾਓ ਜੀ, ਸਟੂਡੈਂਟ ਵੀਜ਼ਾ ਹੋ ਗਿਆ ਸਰ। ਮਤਲਬ ਮੈਂ ਗਿਆ ਤੇ ਮੈਂ ਫਿਰ ਮਤਲਬ ਉਹਨਾਂ ਨੇ ਮੈਨੂੰ ਬੋਲਿਆ ਤੁਸੀਂ ਵੇਟ ਕਰੋ, ਮਤਲਬ ਮੇਰੀ ਐਪਲੀਕੇਸ਼ਨ ਲਿਖੀ ਸਿਰਫ ਮਤਲਬ ਪੇਜ ਦੇ ਅੰਦਰ, ਮਤਲਬ ਇਸ ਤਰ੍ਹਾਂ ਹੱਥ ਨਾਲ ਹੀ ਐਪਲੀਕੇਸ਼ਨ ਲਿਖੀ ਤੇ ਮੈਂ ਉਹਨੂੰ ਦੱਸਿਆ ਕਿ ਇਸ ਤਰ੍ਹਾਂ ਹੈਗਾ ਰੀਜ਼ਨ, ਤੇ ਉਹਨਾਂ ਦਾ ਆਪਣਾ ਫੋਨ ਆਇਆ ਕਿ ਤੁਸੀਂ ਮਤਲਬ ਮੈਂ ਫਿਰ ਕੀ ਹੈ VFS ਚਲਾ ਗਿਆ। ਮੈਂ VFS ਟਰਾਈ ਕਰ ਲੈਂਦੇ ਆਪਾਂ। ਰਾਤ ਨੂੰ ਨਾ 2:30 ਮੈਂ ਪਾਰਟੀ ਤੋਂ ਆ ਰਿਹਾ ਸੀ, ਮੇਰੇ ਦਿਮਾਗ ਚ ਆਇਆ ਪਤਾ ਨੀ ਕਿੱਥੋਂ ਪਰਮਾਤਮਾ ਨੂੰ ਕਿ ਮੈਂ ਪਾਕਿਸਤਾਨ ਜਾਣਾ। ਮੰਗਲਵਾਰ ਨਾ ਗੁਰੂਪੁਰਬ ਸੀਗਾ ਤੇ ਮੈਂ ਘਰ ਆ ਕੇ ਸਾਰਿਆਂ ਨੂੰ ਦੱਸਿਆ ਤੇ ਮੈਂ ਕੰਮ ਤੇ ਗਿਆ। ਮੈਂ ਏਅਰਲਾਈਨ ਚ ਕੰਮ ਕਰਦਾ ਸੀ, ਸਾਨੂੰ ਫ੍ਰੀ ਟਿਕਟ ਮਿਲ ਗਿਆ ਸੀ ਤੇ ਮੈਂ ਆਪਣੇ ਬੌਸ ਨੂੰ ਕਿਹਾ, ਉਹ ਕਹਿੰਦਾ ਗੁਰਮੀਤ ਪਾਗਲ ਹੈ, ਪਾਕਿਸਤਾਨ ਤੁਹਾਨੂੰ ਮਾਰ ਦੇਣਗੇ। ਨਹੀਂ ਮੈਂ ਕਿਹਾ ਮੈਂ ਜਾਣਾ ਜ਼ਰੂਰ ਹੈ ਤੇ ਮੈਂ ਨਾ ਉੱਥੇ ਕਰਕੇ ਟਿਕਟ ਟੁਕਟ ਲੈ ਕੇ ਫ੍ਰੀ ਸੀਗੇ। ਮੈਂ PI ਪਾਕਿਸਤਾਨ ਅੰਬੈਸੀ ਚਲ ਗਿਆ ਤੇ ਜਦੋਂ ਮੈਂ ਜਾ ਰਿਹਾ ਸੀ ਨਾ ਲਿਫਟ ਦੇ ਵਿੱਚ ਨਾ ਇੱਕ ਮੌਲਵੀ ਬਾਹਰ ਨਿਕਲਿਆ ਤੇ ਮੈਨੂੰ ਕਹਿੰਦਾ ਸਰਦਾਰ ਜੀ ਤੁਸੀਂ ਕਿੱਥੇ ਚੱਲੇ ਹੋ? ਮੈਂ ਕਿਹਾ ਮੈਂ ਉਹ ਵੀਜ਼ਾ ਲੈਣ ਚੱਲਿਆ ਉੱਪਰ। ਕਹਿੰਦਾ ਅੱਛਾ ਤੁਸੀਂ ਜਾਓ ਤੇ ਮੈਂ ਗਿਆ ਤੇ ਉਹ ਕੁੜੀ ਮੈਂ ਕੁੜੀ ਨੂੰ ਕਿਹਾ ਮੈਨੂੰ ਵੀਜ਼ਾ ਚਾਹੀਦਾ, ਕਹਿੰਦੇ ਹੁਣ ਤੁਸੀਂ 14 ਦਿਨ ਬਾਅਦ ਆਓ। ਮੈਂ ਕਿਹਾ ਮੈਂ ਤੇ ਕੱਲ ਅੱਜ ਰਾਤੀ ਫਲਾਈ ਕਰਨਾ ਹੈਗਾ ਤੇ ਉਹ ਕਹਿੰਦੇ ਤੂੰ ਵੀਜ਼ਾ ਤੁਹਾਨੂੰ ਕਿਹਨੇ ਦੇਣਾ? ਤੂੰ ਤਾਂ ਉਹ ਜਿਹਨੇ ਦੇਣਾ ਸੀ ਉਹ ਤੇ ਚੱਲ ਗਿਆ ਪਾਕਿਸਤਾਨ ਈਦ ਮਨਾਉਣ ਤੇ ਉਹ ਕੁਦਰਤੀ ਕੀ ਹੋਇਆ ਤੇ ਮੈਂ ਬਾਹਰ ਨਿਕਲਣ ਗਿਆ, ਉਹ ਵਾਪਸ ਆ ਗਿਆ ਪਰਮਾਤਮਾ ਦੀ ਮਿਹਰ। ਉਹ ਵਾਪਸ ਆਇਆ ਤੇ ਮੈਨੂੰ ਕਹਿੰਦਾ ਕੀ ਗੱਲ ਸਰਦਾਰ ਜੀ? ਮੈਂ ਕਿਹਾ ਤੁਸੀਂ ਵੀਜ਼ਾ ਆਫਿਸ ਤੁਸੀਂ ਹੈ ਨਾ ਹਾਈ ਕਮਿਸ਼ਨਰ? ਕਹਿੰਦਾ ਹਾਂ। ਕਹਿੰਦਾ ਕੀ ਗੱਲ ਹੈ? ਮੈਂ ਕਿਹਾ ਮੈਂ ਨਾ ਮੇਰਾ ਦਿਲ ਕਰਦਾ ਮੈਂ ਬਾਬਾ ਕੱਲ ਮੰਗਲਵਾਰ ਨੂੰ ਬਾਬਾ ਜੀ ਦਾ ਜਨਮ ਦਿਨ ਹੈ ਤੇ ਮੈਂ ਜਾਣਾ ਹੈ, ਮੇਰੀ ਬੜੀ ਸ਼ਰਧਾ ਹੈ ਜੀ। ਕਹਿੰਦਾ ਕਹਿੰਦਾ ਪੁੱਤਰ ਛੋਟਾ ਸੀ ਮੈਂ, ਮੈਨੂੰ ਉਹ ਕਾਫੀ ਬਜ਼ੁਰਗ ਸੀਗੇ ਤਾਂ ਕਹਿੰਦਾ ਬੇਟਾ ਤੂੰ ਵਾਕਈ ਜਾਣਾ? ਮੈਂ ਕਿਹਾ ਹਾਂ। ਕਹਿੰਦਾ ਅਸੀਂ ਕਦੇ ਜ਼ਿੰਦਗੀ ਚ ਕਿਸੇ ਨੂੰ ਇੱਕ ਦਿਨ ਚ ਵੀਜ਼ਾ ਨਹੀਂ ਦਿੱਤਾ, ਆ ਜਾ ਆਫਿਸ ਚ। ਉਹਨੇ ਪਤਾ ਨੀ ਰੱਬ ਜਾਣੇ ਕਿਹਨੂੰ ਫੋਨ ਕਮਾਇਆ, ਕੁੜੀ ਨੂੰ ਕਹਿੰਦਾ 14 ਦਿਨ ਐਪਲੀਕੇਸ਼ਨ ਪਿੱਛੇ ਲਿਖ, 14 ਦਿਨ ਦੀ ਲਿਖੀ ਤੇ ਉਹਨੇ ਮੈਨੂੰ ਵੀਜ਼ਾ ਸਾਈਨ ਕੀਤਾ। ਮੈਂ ਤੁਸੀਂ ਮੰਨੋਗੇ ਰਾਤੀ ਫੜੀ ਫਲਾਈਟ, ਮੈਂ ਸਵੇਰੇ ਆਪਣੇ ਲਾਹੌਰ ਪਹੁੰਚਿਆ। ਲਾਹੌਰ ਪਹੁੰਚ ਕੇ ਮੈਂ ਉੱਥੋਂ ਬੱਸ ਫੜੀ, ਬੱਸ ਵਾਲਾ ਕਹਿੰਦਾ ਸਰਦਾਰ ਜੀ ਆਜਾ ਮੈਨੂੰ ਪਤਾ ਤੂੰ ਕਿੱਥੇ ਜਾਣਾ ਹੈ। ਕੀ ਬਾਤ ਹੈ, ਧੰਨਵਾਦ ਭਾਜੀ, ਧੰਨਵਾਦ। ਇਹੀ ਚਮਤਕਾਰ, ਇਹੀ ਪਰਮਾਤਮਾ ਜਦੋਂ ਪੋਜ਼ਿਟਿਵ ਚਮਤਕਾਰ। ਹਾਂਜੀ, ਮੈਂ ਜਦੋਂ ਪਾਲਕੀ ਉੱਥੋਂ ਉਠਾਈ ਹੈ ਨਾ, ਕੀ ਬਾਤ ਹੈ, ਮੈਂ ਪੂਰੇ ਗੁਰਦੁਆਰੇ ਪਹੁੰਚ ਗਿਆ। ਦੇਖੋ ਸਲੂਟ, ਕੀ ਬਾਤ ਹੈ, ਕੀ ਬਾਤ ਹੈ, ਧੰਨਵਾਦ ਭਾਜੀ। ਸਾਡਾ ਸਾਥ ਪਾਉਣਾ ਨਹੀਂ ਸੀਗਾ, ਇਹੀ ਗੱਲ ਹੈ ਜੀ। ਉਹ ਗੱਲ ਕਹਿੰਦੇ ਆ ਨੇਤਾ ਨੂੰ ਮੁਰਾਦਾ। ਬਿਲਕੁਲ ਮਿੱਤਰੋ, ਉਹੀ ਗੱਲਾਂ ਬਾਤਾਂ ਕਰ ਰਹੇ ਹੈਗੇ ਆ, ਬੜੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ। ਪਰ ਬਾਈ ਜੀ, ਇਹਨਾਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਨੋਟਿਸ ਕਰਿਓ, ਸੋਚ। ਸਿਰਫ ਸੋਚ ਸਾਡੀ ਪੋਜ਼ਿਟਿਵ ਰਹਿੰਦੀ ਹੈ ਵੀ ਅਸੀਂ ਇਹ ਸੋਚੀ ਜਾਂਦੇ ਹੁੰਦੇ ਹਾਂ ਵੀ ਪਰਮਾਤਮਾ ਤੂੰ ਇਹ ਕਰ ਹੀ ਦਏਗਾ ਸਾਡੇ ਵਾਸਤੇ। ਕਿਤੇ ਨਾ ਕਿਤੇ ਇੱਕ ਪੁਆਇੰਟ ਸਾਡੇ ਅੰਦਰ ਹੁੰਦਾ ਹੈ। ਮੇਰੇ ਯਾਦ ਹੈ ਮੈਂ NCC ਦੇ ਵਿੱਚ ਹੁੰਦਾ ਸੀ, ਜਦੋਂ ਪੜ੍ਹਦੇ ਹੁੰਦੇ ਸੀਗਾ ਕਾਲਜ ਦੇ ਵਿੱਚ, ਤੇ 2 ਸਾਲ ਪਹਿਲਾਂ ਫਸਟ ਈਅਰ ਸੈਕਿੰਡ ਈਅਰ ਕੋਸ਼ਿਸ਼ ਕਰੀਏ ਵੀ RDC ਲਾਣ ਜਾਵਾਂਗੇ ਦਿੱਲੀ। ਉਹ ਹਰ NCC ਦਾ ਜਿਹੜਾ ਕੈਡਿਟ ਹੁੰਦਾ ਉਹਦਾ ਸੁਪਨਾ ਹੁੰਦਾ ਵੀ ਮੈਂ RDC ਲਾਵਾਂ। ਰੈਂਕ ਬੜੇ ਹਾਈ ਮਿਲ ਗਏ ਸੀਗੇ ਤੇ ਪਰ RDC ਦਾ ਮੌਕਾ ਨਾ ਲੱਗੇ। ਪਰ ਐਂਡ ਦੇ ਵਿੱਚ ਜਿਹੜਾ 3rd ਸਾਲ ਸੀ ਉਦੋਂ ਵੀ ਮੌਕਾ ਚਲਿਆ ਗਿਆ, ਰਹਿ ਗਏ ਜੀ 3 ਮਹੀਨੇ RDC ਲੱਗਣ ਦੇ ਵਿੱਚ ਵੀ ਹੁਣ ਯਾਰ ਇਹ ਕਿਵੇਂ ਲੱਗੂਗਾ, ਦਿੱਲੀ ਜਾਣਾ, ਹੁਣ ਤਾਂ ਸਾਰੇ ਕੈਂਪ ਵੀ ਉਹ ਨਿਬੜ ਗਏ। ਪਰ ਫੇਰ ਵੀ ਇੱਕ ਮੌਕਾ ਆਇਆ ਵੀ ਉਹਨਾਂ ਨੇ ਕਹਿਤਾ ਵੀ ਜਿਹੜੇ ਬੱਚੇ ਲਾਸਟ ਕੈਂਪ ਦੇ ਵਿੱਚੋਂ ਆਊਟ ਹੋਏ ਨੇ ਵੀ ਉਹਨਾਂ ਨੂੰ ਦੁਬਾਰਾ ਬੁਲਾਓ, ਉਹਨਾਂ ਨੂੰ ਚੈੱਕ ਕਰਾਂਗੇ ਦੁਬਾਰਾ, ਜਿਹੜੇ ਮੇਨ ਬੰਦੇ ਨੇ ਤੇ ਉਹਨਾਂ ਨੂੰ ਚੈੱਕ ਕਰਾਂਗੇ, ਤੇ ਜੇ ਉਹਨਾਂ ਦੇ ਵਿੱਚ ਜਿਹੜੇ ਬੱਚੇ ਇੰਟਰਵਿਊ 'ਚ ਸਿਲੈਕਟ ਹੋ ਗਏ ਉਹਨਾਂ ਨੂੰ ਮੌਕਾ ਦੇਵਾਂਗੇ। ਤੇ ਬੜਾ ਪਰਮਾਤਮਾ ਨੇ, ਮੈਂ ਉਹੀ ਗੱਲ ਪੋਜ਼ਿਟਿਵ, ਤੇ ਮੈਨੂੰ ਮੌਕਾ ਮਿਲਿਆ ਵੀ 2007 ਦੇ ਵਿੱਚ ਮੈਨੂੰ RDC ਦਿੱਲੀ ਲਗਾਉਣ ਦਾ ਮੌਕਾ ਮਿਲਿਆ। ਬਿਲਕੁਲ ਐਂਡ ਦੇ ਵਿੱਚ ਆ ਕੇ, ਬਿਲਕੁਲ ਨੇਤਾ ਨੂੰ ਮੁਰਾਦਾ ਜੀ, ਬੰਦੇ ਦੇ ਇਨਸਾਨ ਦੇ ਦਿਮਾਗ ਦੇ ਵਿੱਚ ਹੋਵੇ ਇਹ ਕੰਮ ਕਰਨਾ ਹੈ, ਫਿਰ ਰੱਬ ਵੀ ਨਾਲ ਜ਼ਰੂਰ ਸਾਥ ਦਿੰਦਾ। ਬਿਲਕੁਲ ਬਿਲਕੁਲ ਮਿੱਤਰੋ, ਡੋਮੀਨੋਜ਼ ਪੀਜ਼ਾ ਦਾ ਨੰਬਰ ਦੇਣਾ ਚਾਹੁੰਦਾ, buy 1 get 1 free pizza, ਬਾ ਕਮਾਲ ਪੀਜ਼ਾ ਸਾਡੇ ਗਵਾਂਢ 'ਚ ਹੀ ਬੈਠੇ ਨੇ ਏਅਰਪੋਰਟ ਐਂਡ ਡੈਰੀ ਦੇ ਉੱਤੇ। ਜੇ ਪੀਜ਼ਾ ਖਾਣਾ, 1 ਦੇ ਪੈਸੇ ਦੇਣੇ ਨੇ, 2 ਪੀਜ਼ੇ ਨਾਲ ਆਉਣਗੇ। 905-677-7772 ਤੇ ਨਾਮ ਦੱਸ ਦਿਓ, ਸਾਂਝ ਰੇਡੀਓ ਦਾ ਰੈਫਰੈਂਸ ਦੇ ਦਿਓ, 1 ਦੇ ਨਾਲ 1 ਪੀਜ਼ਾ ਫ੍ਰੀ ਦੇਣਗੇ। 11 ਵਜੇ ਤੱਕ ਖੁੱਲੇ ਨੇ ਤੇ ਨਾਲ ਦੀ ਨਾਲ ਹੌਲੇਜ ਨੈਟਵਰਕ ਡਰਾਈਵਿੰਗ ਅਕੈਡਮੀ ਇਨਕਾਰਪੋਰੇਸ਼ਨ
ट्रक ड्राइवरी सीखनी है मित्रों पलविंदर सिंह गिल साहब नू हमेशा याद रखो, दो पैकेज चल रहे ने गोल्ड ते अनलिमिटेड पैक ते वड्डी गल दूर दराने तो जिहड़े बच्चे आउंदे ने उहनां वास्ते रहण दा ते खाण पीण दा प्रबंध हैगा ते गूगल दी रेटिंग 5 out of 5 है। हमेशा याद रखो HNDA हॉलेज नेटवर्क ड्राइविंग अकैडमी 6473334194 647-333-4194 गलबात की जा सकती है। तो भाई जी फेसबुक से गुरजीत जी लिख रहे ने भी बड़ा मीनिंगफुल टॉपिक है तो अज शाम नूं इहदे बारे सोच रहे सीगे। मतलब जे दिल दीआं तारां साडे स्रोतियां दे नाल जुड़ रहीआं ने इस मीन आपां सारे इकट्ठे ही आ पॉजिटिव सोचां इह सांझ पै रहीआं ने वधीआ जी ते बिलकुल जरूर सांझ पाओ साडे नाल स्टूडियो दे विच नंबर 905-673-3337 905-673-3337 ते गलबात हो सकदी है। बिल्कुल बिल्कुल मित्रों गुणतास कौर तगड़ जी का नंबर तुम्हें देना चाहना कोई भी प्रॉपर्टी खरीदनी है वेचनी है हमेशा याद रखो गुणतास कौर तगड़ जी नंबर हैगा 6479191002 ते भाई जी एक जिहड़ा प्रोजेक्ट आया उहदे बारे भी सांझ पाइए साडे स्रोतियां नाल 647-919-1002 ते कैम्ब्रिज दे विच एक प्रोजेक्ट आया गुणतास कौर जी कोल बिल्कुल उहदे बारे जानकारी दस दिया मित्रों तुहानू तब तक लिए सुनते रहो रेडियो प्रोग्राम साझ। बिल्कुल जी अगली कॉल वाल चलते हैं जी। हेलो सत श्री अकाल जी। हेलो सत श्री अकाल जी। राजीव जी बिल्कुल सत श्री अकाल की हाल चाल है जी। बस ठीक ठाक जी भाजी प्रोग्राम साडा बहुत वधिया चल रहा मैं भी कुछ शेयर करना सीगा। हाँ जी प्लीज भाई ये 2012 की गल है जी जिदा मैं अपनी इंडिया दे विच टैक्सी चलाउंदा हुंदा सीगा ते मैं अपने इधर नाल सेल परचेज दा काम करदा सी मैं अपने एक जिदा जलंधर ट्रैवल एजेंट नहीं हुंदे खोखियां दे विच बैठे हुंदे आ। हाँ जी हाँ ਉਹਨਾਂ ਤੋਂ ਆਪਣੀ ਗੱਡੀਆਂ ਦੀ ਆਰਸੀ ਵਗੈਰਾ ਇੱਦਾਂ ਚੇਂਜ ਕਰਾਉਂਦਾ ਹੁੰਦਾ ਸੀਗਾ। ਮੈਂ ਇੱਕ ਵਾਰੀ ਆਪਣਾ ਪਾਸਪੋਰਟ ਲੈ ਗਿਆ ਕਿਸੇ ਏਜੰਟ ਨੂੰ ਦੇਣ ਲਈ ਵੀ ਮੈਂ ਵੀਜ਼ਾ ਲਗਵਾਉਣਾ ਕੈਨੇਡਾ ਆਉਣ ਦੀ ਬਹੁਤ ਐਕਸਾਈਟਮੈਂਟ ਸੀਗੀ। ਹਾਂਜੀ ਹਾਂ ਮੈਂ ਉਹ ਤੋਂ ਫੋਟੋ ਕਾਪੀ ਕਰਾਉਣ ਗਿਆ ਤੇ ਉਹ ਮੈਨੂੰ ਕਹਿੰਦਾ ਭਾਜੀ ਤੁਹਾਡਾ ਕੈਨੇਡਾ ਦਾ ਵੀਜ਼ਾ ਟਰਾਈ ਕਰੀਏ। ਮੈਂ ਕਿਹਾ ਯਾਰ ਮੈਂ ਅੱਜ ਇਸੇ ਕੰਮ ਲਈ ਆਇਆ ਵਾਂ। ਉਹ ਕਹਿੰਦਾ ਤੁਸੀਂ ਮੈਨੂੰ ਪਾਸਪੋਰਟ ਦਿਓ ਵੀ ਮੈਂ ਤੁਹਾਡੇ ਤੋਂ 14 lakh rupees ਲਊਂਗਾ ਔਰ ਲਊਂਗਾ ਸਾਰੇ ਬਾਅਦ ਵਿੱਚ। ਅੱਛਾ ਜੀ ਹਾਂਜੀ ਮੈਂ ਉਹਨੂੰ ਭਾਜੀ 2-3 times ਮਿਲਿਆ ਸੀ ਕੁਛ ਨੀ ਮਿਲਿਆ। ਮੈਂ ਕਿਹਾ ਚੱਲ ਠੀਕ ਹੈ ਯਾਰ ਲੈ ਲਾ। ਕਹਿੰਦਾ ਮੈਂ ਤੁਹਾਨੂੰ 1 month ਦੇ ਵਿੱਚ ਰਿਜ਼ਲਟ ਦੇ ਦੂੰਗਾ। ਇੰਨਾ ਜਾਣ ਨੀ ਪਹਿਚਾਣ ਨੀ ਕੁਛ ਨੀ ਮੈਂ ਉਹਨੂੰ ਪਾਸਪੋਰਟ ਉੱਥੇ ਦੇ ਦਿੱਤਾ ਜੀ। ਉਸ ਬੰਦੇ ਨੇ ਭਾਜੀ ਮੇਰਾ 19 days ਦੇ ਵਿੱਚ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ 5 years ਦਾ। ਔਰ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਮੇਰੇ ਘਰਦੇ ਬਾਅਦ ਵਿੱਚ ਮੇਰੇ ਤੇ ਯਕੀਨ ਨਾ ਕਰਨ ਉਹ ਬੰਦੇ ਨੂੰ ਪੈਸੇ ਦੇਣੇ ਸੀ ਮੇਰੇ ਤੋਂ ਪੇਮੈਂਟ ਨਾ ਹੋਈ। ਔਰ ਉਹ ਫਿਰ ਮੈਂ ਉਹਨੂੰ ਮਨਾਇਆ ਮੇਰੇ ਘਰਦੇ ਮੇਰੇ ਫਾਦਰ ਸਾਹਿਬ ਕਹਿੰਦੇ ਜੀ ਪਹਿਲਾਂ ਉਹਨੂੰ ਅੱਧੇ ਪੈਸੇ ਦੇਣੇ ਬਾਕੀ ਪਹੁੰਚ ਕੇ ਦੇਣੇ ਆ। ਉਹ ਬੰਦਾ ਇੰਨਾ ਚੰਗਾ ਅਨਨੋਨ ਪਰਸਨ ਉਹਨੂੰ ਮੈਂ ਕਦੇ ਇੰਨਾ ਡੀਪਲੀ ਜਾਣਦਾ ਨਹੀਂ ਸੀ। ਉਹ ਫਿਰ ਮੈਂ ਉਹਨੂੰ ਰਿਕੁਐਸਟ ਕੀਤੀ ਉਹ ਕਹਿੰਦਾ ਠੀਕ ਹੈ ਭਾਜੀ ਮੈਂ ਤੁਹਾਡੇ ਤੇ ਯਕੀਨ ਕਰਦਾ ਤੁਸੀਂ ਅੱਧੇ ਮੈਨੂੰ ਪਹਿਲਾਂ ਦੇ ਦਿਓ 7 lakh ਤੇ 7 lakh ਮੈਨੂੰ ਬਾਅਦ ਚ ਦੇ ਦਿਓ। ਤੇ ਉਹਨੇ ਕਿਹਾ ਮੈਂ ਮੋਂਟਰੀਅਲ ਦੀ ਫਲਾਈਟ ਕਰਾਊਂਗਾ ਮੇਰਾ ਬੰਦਾ ਤੁਹਾਨੂੰ ਏਅਰਪੋਰਟ ਤੋਂ ਪਿਕ ਕਰੂਗਾ। ਉਹ ਦੇਖ ਲਓ ਜੀ ਅੱਜ ਤੱਕ ਉਹ ਅਨਨੋਨ ਦੇ ਬੰਦੇ ਦੇ ਸਦਕੇ ਮੈਂ ਇੱਥੇ ਕੈਨੇਡਾ ਦੇ ਵਿੱਚ ਬੈਠਾ। ਦੇਖ ਲਓ ਜੀ ਇਹੀ ਗੱਲ ਆਪਾਂ ਕਰ ਰਹੇ ਹਾਂ। ਧੰਨਵਾਦ ਭਾਜੀ ਧੰਨਵਾਦ। ਤੇ ਮਿੱਤਰੋ ਮੈਂ ਦੱਸ ਰਿਹਾ ਸੀ ਜਿਹੜਾ ਗੁਣਤਾਸ ਕੌਰ ਤੱਗੜ ਜੀ ਕੋਲੇ ਪ੍ਰੋਜੈਕਟ ਆਇਆ ਕਿਚਨਰ ਦੇ ਵਿੱਚ ਆਇਆ ਹੋਇਆ 2-story ਟਾਊਨ ਹੋਮ ਨੇ ਵਿਦ ਬੇਸਮੈਂਟ 3 bedroom ਐਂਡ 2.5 ਬਾਥਰੂਮ ਦੇ ਨਾਲ ਬੜੀ ਵਧੀਆ ਲੋਕੇਸ਼ਨ ਹੈ ਮਿੱਤਰੋ ਹੋਰਨ ਪਾਰਕ ਦੇ ਵਿੱਚ ਕਿਚਨਰ ਦੇ ਵਿੱਚ। ਨੰਬਰ ਨੋਟ ਕਰ ਲਓ 6479191002 647-919-1002 ਤੇ ਗੱਲਬਾਤ ਕਰਕੇ ਆਪਣੀ ਬੁਕਿੰਗ ਕਰਵਾਈ ਜਾ ਸਕਦੀ ਹੈ। ਬਿਲਕੁਲ ਜੀ ਤੇ ਸਟੂਡੀਓ ਦਾ ਫੋਨ ਨੰਬਰ 905-673-3337 ਤੇ ਗੱਲਬਾਤ ਹੋ ਸਕਦੀ ਹੈ ਜੀ। ਵਾਹ ਓਏ ਤੇਰੇ ਲਾਡ ਸਾਹਿਬ ਜਿੰਨੀ ਤੂੰ ਆਪਣੀ ਕੇਅਰ ਕਰਦਾ ਹੈ ਕਦੇ ਆਪਣੀ ਫੈਮਿਲੀ ਦੀ ਸੇਫਟੀ ਉਹਨਾਂ ਦੀ ਪ੍ਰੋਟੈਕਸ਼ਨ ਬਾਰੇ ਸੋਚਿਆ? ਕੀ ਮਤਲਬ? ਓ ਮਤਲਬ ਇਹ ਰੱਬ ਨਾ ਕਰੇ ਜੇ ਤੈਨੂੰ ਕਦੇ ਕੁਝ ਹੋ ਜਾਵੇ ਉਹਨਾਂ ਦਾ ਕੀ ਬਣੂ? ਸੋਚਿਆ ਕਦੇ? ਹਾਂ ਓਏ ਨਹੀਂ। ਇਸੇ ਕਰਕੇ ਕੈਨੇਡੀਅਨ LIC ਦੇ ਹਰਪ੍ਰੀਤ ਪੁਰੀ ਤੇਰੇ ਲਈ ਇੱਕ ਖਾਸ ਸੋਲੂਸ਼ਨ ਲੈ ਕੇ ਆਏ ਨੇ। ਹੁਣ ਜਿਵੇਂ ਤੂੰ ਸੈਲਫ ਇੰਪਲੋਇਡ ਹੈ ਜਾਂ ਕੋਈ ਜੌਬ ਕਰਦਾ ਹੋਵੇ ਤੇ ਰੱਬ ਨਾ ਕਰੇ ਕਦੇ ਕੁਝ ਹੋ ਜਾਵੇ ਤਾਂ ਤੇਰੇ ਮੰਥਲੀ ਐਕਸਪੈਂਸਿਸ, ਰੈਂਟਲਸ, ਕਾਰ ਲੋਨਸ, ਮੋਰਗੇਜਸ ਉਹਨਾਂ ਦਾ ਕੀ ਬਣੂ? ਕੈਨੇਡੀਅਨ LIC ਦੇ ਲੋਨ ਪ੍ਰੋਟੈਕਸ਼ਨ ਪਲਾਨ ਵਿੱਚ ਅਪ ਟੂ 5,000 ਮੰਥਲੀ ਐਕਸਪੈਂਸਿਸ ਕਵਰਡ ਨੇ। ਹੁਣ ਕਿਵੇਂ ਹੋਊਗਾ ਤਾਂ ਕਾਲ ਕਰਨਾ 416-543-9000 ਜਾਣੀ ਕਿ ਹਰਪ੍ਰੀਤ ਪੁਰੀ ਨੂੰ 416-543-9000। ਇੱਕ ਛੋਟੀ ਜਿਹੀ ਕਾਲ ਲੈਂਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ, ਗੁਰਜੀਤ ਜੀ। ਹੈਲੋ ਗੁਰਦੀਪ ਭਾਈ ਜੀ, ਭਾਜੀ ਆਵਾਜ਼ ਆ ਰਹੀ ਹੈ? ਆਵਾਜ਼ ਨਹੀਂ ਆ ਰਹੀ ਗੁਰਜੀਤ ਜੀ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਕੀ ਹਾਲ ਚਾਲ ਜੀ? ਬਸ ਭਾਜੀ ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਦੋਨੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਹੱਥ ਜੋੜ ਕੇ ਪਹਿਲਾਂ ਦਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਬਾਕੀ ਤਿੰਨ ਪ੍ਰੋਗਰਾਮ ਹੈ ਤੁਹਾਡੇ, ਇੱਕ ਤੁਹਾਡਾ, ਇੱਕ ਨਵੀਂ ਵਿਰੋਧ ਹੈ, ਇੱਕ ਰਾਜਵੀਰ ਵਿਰੋਧ ਹੈ, ਕਦੇ ਵੀ ਮਿਸ ਨਹੀਂ ਮੈਂ ਕਰਦਾ, ਜੇ ਹੋ ਜਾਂਦਾ ਫਿਰ ਮਨ ਚ ਹੁੰਦਾ ਸੀ ਕਰ ਰਿਹਾ ਕਿ ਅੱਜ ਕੱਲ੍ਹ ਸਲਿਊਟ ਹੈ ਜੀ, ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ ਗੁੱਜੀ ਜੀ। ਹਾਂਜੀ ਤੇ ਉਹ ਇੱਕ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਨਾਲ ਵੀ ਇੰਸੀਡੈਂਟ ਜਿਹੜੇ ਹੋਏ ਇੰਡੀਆ ਚ, ਹਾਂਜੀ ਤੇ ਮੈਂ ਦੋ ਇੱਕ ਸਕਿੰਟ ਚ ਦੱਸ ਦੂ ਜਲਦੀ, ਤੇ ਮੇਰੇ ਨਾ ਪੰਜ ਰਿਜੈਕਸ਼ਨਾਂ ਲੱਗੀਆਂ ਸੀਗੀਆਂ, ਇੰਗਲੈਂਡ ਦੀਆਂ ਦੋ, ਕੈਨੇਡਾ ਦੀਆਂ ਤਿੰਨ, ਅਮਰੀਕਾ ਦੀਆਂ ਇੱਕ ਨਾ। ਅੱਛਾ ਜੀ। ਤੇ ਮੇਰੀਆਂ ਰਿਜੈਕਸ਼ਨਾਂ ਲੱਗੀਆਂ, ਜਿਹੜੇ ਆਪਣੇ ਸ਼ਨੀ ਵਾਲੇ ਨੀ ਹੁੰਦੇ, ਆਪਣੇ ਜਿਹੜੇ ਮੱਥਾ ਪੜ ਲੈਂਦੇ ਕਾਲਾ ਇਲਮ ਹੁੰਦਾ ਕਹਿੰਦੇ ਉਹਨਾਂ ਕੋਲ ਨਾ, ਤੇ ਜਦੋਂ ਹੋਣਾ ਉਹਨਾਂ ਕਹਿਣਾ ਯਾਰ ਤੂੰ ਤਾਂ ਬਾਹਰ ਜਾਣਾ ਬਾਹਰ ਜਾਣਾ, ਮੈਂ ਕਹਿੰਦਾ ਮੈਂ ਬੰਦੇ ਨੂੰ ਇੰਨਾ ਬੁਰਾ ਕਹਿਣਾ, ਮੈਂ ਕਿਹਾ ਯਾਰ ਪੰਜ ਰਿਜੈਕਸ਼ਨ ਆਹ ਦੇ ਲਾ, ਮੈਂ ਕਿਹਾ ਨਿਕਲਿਆ ਮੈਂ ਯੂਕੇ ਮੈਸੀ ਤੋਂ, ਕਹਿੰਦਾ ਤੂੰ ਤਾਂ ਬਾਹਰ ਜਾਣਾ, ਮੈਂ ਕਿਹਾ ਆਹ ਦੇ ਲਾ ਭਾਊ ਪੰਜ ਰਿਜੈਕਸ਼ਨਾਂ ਲੱਗੀਆਂ ਨਾ। ਹਾਂਜੀ। ਤੇ ਬਾਅਦ ਚ ਜਦੋਂ ਮੇਰਾ ਇੱਕ ਫਰੈਂਡ ਸੀਗਾ ਉਹ ਮੈਨੂੰ ਦੋ ਸਾਲ ਪਹਿਲਾਂ ਕਹਿੰਦਾ ਹੀ ਕਹਿੰਦਾ ਕੈਨੇਡਾ ਜਾਣਾ, ਆਉਂਦਾ ਜਾਂਦਾ ਸੀ ਕੈਨੇਡਾ ਨਾ। ਹਾਂਜੀ। ਤੇ ਮੈਂ ਕਿਹਾ ਯਾਰ ਨਹੀਂ, ਮੈਂ ਕਿਹਾ ਇੱਥੋਂ ਕਿੱਥੇ ਬੰਦੇ ਨੂੰ ਕੰਮ ਹੋਣਾ, ਵੀ ਪੈਕਸ ਆ ਕੇ ਬੈਠ ਜਾਵਾਂਗੇ ਨਾ। ਹਾਂਜੀ। ਉਹ ਮੈਨੂੰ ਉਦਣ ਹੀ ਮਿਲਿਆ, ਕਹਿੰਦਾ ਵੀਰੇ ਕਿੱਦਾਂ, ਮੈਂ ਕਿਹਾ ਯਾਰ ਕੁਛ ਨੀ, ਕਹਿੰਦਾ ਜਾਣਾ, ਮੈਂ ਕਿਹਾ ਹਾਂ ਜਾਣਾ ਜਾਣਾ, ਕਹਿੰਦਾ ਛੇ ਮਹੀਨੇ ਬਾਅਦ ਆਪਾਂ ਜਾਣਾ ਆ, ਤੇ ਮੈਂ ਕਿਹਾ ਠੀਕ ਆ। ਬੰਦੇ ਨੇ ਜਨਵਰੀ 25 ਨੂੰ ਫਾਈਲ ਲਾਈ ਤੇ 20 ਫਰਵਰੀ ਨੂੰ ਵੀਜ਼ਾ ਮੇਰੇ ਹੱਥ ਨਾ। ਤੇ ਮਤਲਬ ਕਿ ਮਿਲੀ ਉਹ ਸੀਗਾ ਕਿ ਪੰਜ ਰਿਜੈਕਸ਼ਨ ਤੋਂ ਬਾਅਦ ਜੋ ਮੈਂ ਕੈਨੇਡਾ ਆ ਗਿਆ। ਕੀ ਬਾਤ ਹੈ ਯਾਰ, ਮੈਂ ਕਿਸਮਤ ਖੋਲੀ ਬੰਦੇ ਦੀ ਨਾ। ਕੀ ਬਾਤ ਹੈ, ਕੀ ਬਾਤ ਹੈ, ਨੀਤਾ ਨੂੰ ਮਰਾਦਾ, ਧੰਨਵਾਦ ਗੁਰਜੀਤ ਜੀ, ਧੰਨਵਾਦ, ਥੈਂਕ ਯੂ ਜੀ। ਬਿਲਕੁਲ ਬਿਲਕੁਲ ਮਿੱਤਰੋ, ਸਟੂਡੀਓ ਦਾ ਨੰਬਰ 905-673-33-37 ਤੇ ਕੁਝ ਤੁਹਾਨੂੰ ਸੁਨੇਹੇ ਸੁਣਾਵਾਂਗੇ। ਹੁਣ ਥੋੜੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ, ਤੇ ਪਹਿਲਾਂ ਮੈਂ ਤੁਹਾਨੂੰ ਮਨਮੋਹਨ ਜੀ ਦਾ ਨੰਬਰ ਜ਼ਰੂਰ ਦੇਣਾ ਚਾਹੁੰਦਾ, ਕੋਈ ਵੀ ਪ੍ਰੋਪਰਟੀ ਲੈਣੀ ਹੈ, ਖਰੀਦਣੀ ਹੈ, ਵੇਚਣੀ ਹੈ, ਹਮੇਸ਼ਾ ਮਨਮੋਹਨ ਸਿੰਘ ਜੀ ਨੂੰ ਯਾਦ ਰੱਖੋ। ਇਹਨਾਂ ਕੋਲੇ ਸਕੇਅਰ 1 ਮਿਸੀਸਾਗਾ ਦੇ ਵਿੱਚ ਕੌਂਡੋਜ਼ ਆ ਰਹੇ ਨੇ, M4 ਯੂਨਿਟ ਆ ਰਹੀ ਹੈ, M1, M2, M3 ਤੁਹਾਨੂੰ ਯਾਦ ਹੋਣਾ ਦਿਨਾਂ ਦੇ ਵਿੱਚ ਹੀ ਵਿਕ ਗਏ ਸੀਗੇ, ਉਸੇ ਤਰੀਕੇ ਦਾ M4 ਕੌਂਡੋ ਦਾ ਪ੍ਰੋਜੈਕਟ ਆ ਰਿਹਾ ਹੈ, ਰੇਟ ਬੜੇ ਥੋੜੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਨੰਬਰ ਨੋਟ ਕਰ ਲਓ, 6477-7046-2448, 6477-7046-2448 ਤੇ ਕਾਲ ਕਰਕੇ ਆਪਣੀ ਬੁਕਿੰਗ ਕਰਵਾਓ ਤੇ ਸਾਂਝ ਰੇਡੀਓ ਦਾ ਵੇਰਵਾ ਦਿਓ, ਬਣਦਾ ਹੋਇਆ ਡਿਸਕਾਊਂਟ ਵੀ ਦੇਣਗੇ। ਮਿੱਤਰੋ, ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਵੀ ਕੰਮ ਹੈਗਾ ਤੇ ਹਮੇਸ਼ਾ ਯਾਦ ਰੱਖੋ, ਸੰਦੀਪ ਸਿੰਘ ਜੀ ਨੂੰ ਡਰਾਈਵ ਟੂ ਇਮੀਗ੍ਰੇਸ਼ਨ ਨੂੰ ਲੀਡ ਕਰ ਰਹੇ ਹੈਗੇ ਨੇ। ਐਕਸਪ੍ਰੈਸ ਐਂਟਰੀ ਦੇ ਰਿਲੇਟਡ ਕੋਈ ਵੀ ਕੁਐਸਚਨ ਪੁੱਛਣਾ, ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ, ਫੈਮਿਲੀ ਸਪੌਂਸਰਸ਼ਿਪ, ਸਪਾਊਸਲ ਸਪੌਂਸਰਸ਼ਿਪ, LMI ਐਪਲੀਕੇਸ਼ਨ, ਸਟੱਡੀ ਪਰਮਿਟ ਐਕਸਟੈਂਸ਼ਨ, PNP ਦੇ ਪ੍ਰੋਗਰਾਮ, ਸਿਟੀਜ਼ਨਸ਼ਿਪ, PR ਕਾਰਡ ਐਕਸਟੈਂਡ ਕਰਵਾਉਣਾ ਹੈਗਾ, ਹਮੇਸ਼ਾ ਯਾਦ ਰੱਖੋ, ਡਰਾਈਵ ਟੂ ਇਮੀਗ੍ਰੇਸ਼ਨ। ਸੰਦੀਪ ਸਿੰਘ ਜੀ ਦਾ ਨੰਬਰ ਹੈਗਾ 6476739025, 6476739025 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਉਹ ਕੀ ਗੱਲ ਯਾਰ, ਤੂੰ ਘਰ ਫੇਰ ਸ਼ਿਫਟ ਕਰ ਰਿਹਾ ਹੈ? ਹਾਂ ਯਾਰ, ਲੈਂਡਲੋਰਡ ਦੀ ਉਹੀ ਖਿਚਪਿਟ, ਰੈਂਟ ਟਾਈਮ ਤੇ ਨਹੀਂ ਆਇਆ, ਰੈਂਟ ਹੋਰ ਵਧਾਓ, ਤੁਸੀਂ ਘਰ ਦੀ ਮੇਨਟੇਨੈਂਸ ਦਾ ਧਿਆਨ ਹੀ ਨਹੀਂ ਰੱਖਦੇ। ਉਹ ਬਈ, ਤੇਰੇ ਇਸ ਬਾਰ ਬਾਰ ਦੇ ਝੰਡਟ ਤੋਂ ਤੈਨੂੰ ਛੁਟਕਾਰਾ ਮਿਲੂਗਾ ਜੇ ਤੇਰਾ ਆਪਣਾ ਘਰ ਹੋਏਗਾ, ਤੇ ਉਸ ਲਈ ਇੱਕ ਨੰਬਰ ਡਾਇਲ ਕਰ। ਜਲਦੀ ਦੱਸ ਯਾਰ, ਅੱਜ ਹੀ ਛੁਟਕਾਰਾ ਚਾਹੀਦਾ ਮੈਨੂੰ ਕਿਰਾਏ ਦੇ ਇਸ ਘਰ ਤੋਂ। ਜੀ ਬਿਲਕੁਲ, GTA ਜਾਂ ਸਰਾਊਂਡਿੰਗ ਏਰੀਆ ਵਿੱਚ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਿਰ ਕੋਈ ਜ਼ਮੀਨ ਜਾਂ ਫਾਰਮ ਲੈਣਾ ਹੋਏ, ਕਾਲ ਕਰੋ ਰੀਅਲ ਅਸਟੇਟ ਬ੍ਰੋਕਰ ਗੁਰਤਾਜ ਕੌਰ ਧੱਗਰ ਨੂੰ 6479119002। ਮਿੱਤਰੋ, ਫ੍ਰੀ ਵੇਟ ਟਰੱਕ ਟ੍ਰੇਨਿੰਗ ਅਕੈਡਮੀ $500 ਦਾ ਡਿਸਕਾਊਂਟ ਚੱਲ ਰਿਹਾ ਹੈ, ਉਹ ਵੀ ਜੇ ਸਾਂਝ ਰੇਡੀਓ ਟੋਰਾਂਟੋ ਦਾ ਰੈਫਰੈਂਸ ਦਊਂਗੀ। ਵੱਡੀ ਗੱਲ, ਜਲਦੀ ਡੇਟਾਂ ਦਵਾਈਆਂ ਜਾਂਦੀਆਂ ਨੇ ਟੈਸਟ ਵਾਸਤੇ, ਸਟੂਡੈਂਟ ਵਾਸਤੇ ਅਲੱਗ ਤੋਂ ਹੈਲਪ ਕੀਤੀ ਜਾਂਦੀ ਹੈ। ਸਭ ਤੋਂ ਵੱਡੀ ਗੱਲ ਜਿਹਦੀ ਸਾਨੂੰ ਸਾਰਿਆਂ ਨੂੰ ਲੋੜ ਹੈ, ਜੌਬ ਪਲੇਸਮੈਂਟ ਕਰਵਾ ਕੇ ਦਿੰਦੇ ਨੇ। ਇਸ ਕਰਕੇ ਹਮੇਸ਼ਾ ਯਾਦ ਰੱਖੋ, ਫ੍ਰੀ ਵੇਟ ਟਰੱਕ ਟ੍ਰੇਨਿੰਗ ਅਕੈਡਮੀ 6476939638, 6472-396-3438 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੁਸੀਂ ਘਰ ਬਾਏ ਕਰਨਾ ਹੈ, ਸੈੱਲ ਕਰਨਾ ਹੈ ਜਾਂ ਇਨਵੈਸਟਮੈਂਟ ਲਈ ਕੋਈ ਪ੍ਰੋਪਰਟੀ ਲੱਭ ਰਹੇ ਹੋ ਵਾਟਰਲੂ ਕਿਚਨਰ ਜਾਂ ਕੈਂਬਰਿਜ ਦੇ ਏਰੀਆ ਦੇ ਵਿੱਚ, ਤਾਂ ਗੌਰਵ ਨਰੂਲਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੇਵ ਮੈਕਸ ਸੁਪਰੀਮ ਰੀਅਲ ਅਸਟੇਟ ਇੰਕ ਬ੍ਰੋਕਰੇਜ ਦੇ ਨਾਲ ਕੰਮ ਕਰਦੇ ਆ। ਗੌਰਵ ਨਰੂਲਾ, ਨੰਬਰ 6477-7730-6473-0730 ਤੇ ਗੌਰਵ ਨਰੂਲਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬਿਲਕੁਲ ਜੀ, ਤੇ ਨਾਲ ਦੀ ਨਾਲ ਇਹਨਾਂ ਕੋਲ ਇੱਕ ਬੜਾ ਵਧੀਆ ਇੱਕ ਪ੍ਰੋਜੈਕਟ, ਆਪਾਂ ਕਹਾਂਗੇ ਘਰ ਆਇਆ ਜੀ, ਕੈਂਬਰਿਜ ਦੇ ਵਿੱਚ ਡਿਟੈਚ ਘਰ ਹੈ, ਐਕਸਕਲੂਸਿਵ ਸਿਰਫ ਇਸ ਟਾਈਮ ਗੌਰਵ ਨਰੂਲਾ ਜੀ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ ਪ੍ਰਾਈਵੇਟ ਸ਼ੋਇੰਗ ਦੇ ਲਈ, ਨੰਬਰ 6477-7630-6473-0730 ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ। ਫ੍ਰੀ 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 ਬਾਏ 1 ਗੈਟ 1 ਫ੍ਰੀ ਪੀਜ਼ਾ। ਜੇਕਰ ਤੁਸੀਂ ਵਧੀਆ ਹੌਟ ਐਂਡ ਫਰੈਸ਼ ਪੀਜ਼ਾ ਘੱਟ ਰੇਟ ਤੇ ਲੈਣਾ ਚਾਹੁੰਦੇ ਹੋ ਤਾਂ ਆਪਣੇ ਏਅਰਪੋਰਟ ਐਂਡ ਡੈਰੀ ਤੇ ਡੋਮੀਨੋਜ਼ ਪੀਜ਼ਾ 2855 ਡੈਰੀ ਰੋਡ ਈਸਟ ਮਿਸੀਸਾਗਾ ਤੇ ਜ਼ਰੂਰ ਪਹੁੰਚੋ, ਜਿੱਥੇ ਤੁਸੀਂ ਆਪਣੀ ਪਸੰਦ ਦੀ ਟੋਪਿੰਗ ਵਾਲਾ ਪੀਜ਼ਾ ਇੱਕ ਦੀ ਅਮਾਊਂਟ ਦੇ ਵਿੱਚ 2 ਲੈ ਜਾ ਸਕਦੇ ਹੋ।
स्टोर का नंबर नोट कर लो मित्रों 9056777772 साढ़े 10 बजे तो लैके 11 बजे तक खुले रहते हैं। तुसी अपना सुपनिया का घर लभ रहे हो ते सुपने दे घर दी चाबी तुहानू दवाणगे अंतर मठाड़ू जी रॉयली पेज फ्लावर सिटी रियल्टी दे नाल काम करदे आ। तुसी प्रॉपर्टी बाय करनी है, सैल करनी है, इनवैसटमेंट जां लीज़ दे लई कोई प्रॉपर्टी लभ रहे हो तो अंतर मठाड़ू जी नाल संपर्क किया जा सकता है। नंबर 416-910-0100-416-910-0100 ते बिल्कुल जी इन्हां कोल एक बड़ा वधिया प्रोजेक्ट बोल्टन दे विच आया टाउन होम्स ने 1900 तो लैके 2300 स्क्वेयर फीट दे टाउन होम्स ते किचन मेड इन इटली स्टाइल जिहड़ियां विंडोज ने यूरोपियन स्टाइल एसी एंड ऑल 5 अपलायंसिस इंक्लूडिड ने। स्पेशल असाइनमेंट क्लॉज भी अवेलेबल है। ज्यादा जानकारी लई संपर्क करो अंतर मठाड़ू जी नूं नंबर 416-910-0100-416-910-0100 ते संपर्क किया जा सकता है जी। बिल्कुल मित्रों ते अज दा जिहड़ा समां है ते बिल्कुल बाय बाय करन दा अज दे लई आ चुके है ते थोनू थोड़े जिहे स्नेह भी दवांगे पहला कंक्लूड कर लिए अज दे टॉपिक नू। साडा मेन मकसद अज दा टॉपिक तुहाडे वास्ते लैके आउण दा सी ओह परमात्मा नू हमेशा याद रखण दा, ओह परमात्मा नू हमेशा शुकराना करन दा जिहनू असीं कदे ना कदे जदों साडे कोई चीजां पूरियां नहीं हुंदियां बाई जी ਉਦੋਂ ਅਸੀਂ ਗਾਲਾਂ ਕੱਢਦੇ ਰਹਿੰਦੇ ਆ। ਇਸ ਕਰਕੇ ਉਹ ਪਰਮਾਤਮਾ ਨੇ ਸਹੀ ਟਾਈਮ ਤੇ ਸਾਨੂੰ ਸਾਰਾ ਕੁਝ ਦੇ ਦੇਣਾ, ਸਿਰਫ ਆਪਣਾ ਵਿਸ਼ਵਾਸ ਬਣਾਈ ਰੱਖੋ, ਚੰਗੇ ਕਰਮ ਕਰੀ ਚੱਲੋ, ਪਰਮਾਤਮਾ ਨੇ ਤੁਹਾਨੂੰ ਸਾਰਾ ਕੁਝ ਆਪਣੇ ਆਪ ਤੁਹਾਡੀ ਝੋਲੀ ਦੇ ਵਿੱਚ ਦੇ ਦੇਣਾ ਹੈ। ਇਹ ਚੀਜ਼ ਦੀ ਗਰੰਟੀ ਤੁਹਾਨੂੰ ਸਾਂਝ ਰੇਡੀਓ ਟੋਰਾਂਟੋ ਦੀ ਟੀਮ ਦੇ ਸਕਦੀ ਹੈ ਤੇ ਬਿਲਕੁਲ ਸਾਡੇ ਨਾਲ ਵੀ ਵਾਰਤਾਲਾਪ ਕਰਨ ਵਾਸਤੇ ਆਪਦਾ ਆਪਣੇ ਜਿਹੜੇ ਪ੍ਰੋਡਕਟ ਨੇ ਤੁਹਾਡੇ ਕੋਈ ਵੀ ਬਿਜ਼ਨਸ ਹੈ ਉਹਨੂੰ ਪ੍ਰਮੋਟ ਕਰਨ ਵਾਸਤੇ ਸਾਡੇ ਨਾਲ ਜ਼ਰੂਰ ਸਾਂਝ ਪਾਓ। ਗੂਗਲ ਤੇ ਸਰਚ ਕਰ ਲਓ ਸਾਂਝ ਰੇਡੀਓ ਟੋਰਾਂਟੋ ਤੇ ਗ੍ਰੈਬਾ ਪੀਜ਼ਾ ਦਾ ਨੰਬਰ ਨੋਟ ਕਰ ਲਓ ਮਿੱਤਰੋ ਬਾ ਕਮਾਲ 4 ਲੋਕੇਸ਼ਨਾਂ ਤੇ ਹੁਣ ਤਾਂ ਮਿਲ ਰਿਹਾ ਹੈਗਾ। ਨੰਬਰ ਨੋਟ ਕਰ ਲਓ 905-857-9200 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਿਲਕੁਲ ਜੀ ਤੇ ਨਾਲ ਦੀ ਨਾਲ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਹੈ ਜਾਂ ਐਡਵਰਟਾਈਜ਼ਮੈਂਟ ਕਰਵਾਉਣੀ ਹੈ ਤੇ ਤੁਸੀਂ ਸਾਂਝ ਰੇਡੀਓ ਟੋਰਾਂਟੋ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਕੋਲ ਇਸ ਟਾਈਮ ਕੁਝ ਕੁ ਸਲੋਟਸ ਵੀ ਅਵੇਲੇਬਲ ਨੇ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 647-6454-770-6454 ਤੇ ਦੂਸਰਾ ਨੰਬਰ ਹੈ ਜੀ 647-6475-6047-607-7725 ਤੇ ਸੰਪਰਕ ਕਰ ਸਕਦੇ ਹੋ। ਕਿਸੇ ਦਾ ਵੀ ਨੰਬਰ ਜੇ ਮਿਸ ਹੋ ਗਿਆ ਤੁਸੀਂ ਸਾਨੂੰ ਬਾਅਦ ਦੇ ਵਿੱਚੋਂ ਵੀ ਕਾਲ ਕਰ ਸਕਦੇ ਹੋ ਜਾਂ ਐਡਵਰਟਾਈਜ਼ਮੈਂਟ ਦੇ ਲਈ ਕੋਈ ਡੀਲ ਦੀ ਜਾਣਕਾਰੀ ਲੈਣੀ ਹੈ ਸ਼ੋਅ ਤੋਂ ਬਾਅਦ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਤੇ ਘਰ ਦੇ ਵਿੱਚ ਕਿਚਨ ਦਾ ਕੰਮ ਕਰਵਾਉਣਾ ਹੋਵੇ, ਹਾਈ ਐਂਡ ਕਿਚਨ ਬਣਵਾਉਣੀ ਹੋਵੇ ਤੇ ਸਿੰਘ ਕਿਚਨ ਕੈਬੀਨੇਟ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੀ। ਵੁੱਡ ਵਰਕਿੰਗ ਬਾਥ ਵੈਨਿਟੀਜ਼ ਦਾ ਵੀ ਕੰਮ ਕਰਦੇ ਨੇ ਸਿੰਘ ਕਿਚਨ ਕੈਬੀਨੇਟ। ਨੰਬਰ 647 ਇੱਕ ਮਿੰਟ ਜੀ ਨੰਬਰ ਦੇਣਾ, ਸਾਨੂੰ ਨੰਬਰ ਤੇ ਕਾਲ ਇੱਥੇ ਆ ਰਹੀ ਹੈ ਸਾਨੂੰ, ਤੁਸੀਂ ਇੱਕ ਮਿੰਟ ਸਟੂਡੀਓ ਤੋਂ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ ਜੀ। ਸਿੰਘ ਕਿਚਨ ਕੈਬੀਨੇਟ ਦਾ ਨੰਬਰ ਤੇ ਮਿੱਤਰੋ ਸਮਾਨ ਵੀ ਤੁਹਾਨੂੰ ਦੱਸਦੇ ਆ ਵੀ ਲੈਣਾ ਕਿੱਥੋਂ ਆ। ਪਹਿਲਾਂ ਸਿੰਘ ਕਿਚਨ ਕੈਬੀਨੇਟ ਦਾ ਨੰਬਰ ਤੁਹਾਨੂੰ ਦੇ ਦਈਏ। ਬਿਲਕੁਲ ਨੰਬਰ ਹੈ ਜੀ, ਇੱਕ ਵਾਰੀ ਫੇਰ ਹੁਣ ਨੰਬਰ ਸਾਡੇ ਗਵਾਚ ਗਿਆ ਸੀ, ਨੰਬਰ ਲੱਭ ਕੇ ਦਿੰਦੇ ਆ ਪਲੀਜ਼। ਅਪਲਾਇੰਸ ਜੰਕਸ਼ਨ ਦਾ ਮਿੱਤਰੋ ਨੰਬਰ ਨੋਟ ਕਰ ਲਓ, ਸਮਾਨ ਕਿੱਥੋਂ ਲੈਣਾ ਹੈਗਾ 905-450-0054 905-450-0054। ਬਹੁਤ ਵੱਡੇ ਡਿਸਕਾਊਂਟ ਚੱਲ ਰਹੇ ਨੇ ਅਪਲਾਇੰਸ ਜੰਕਸ਼ਨ ਕੋਲੇ, 25% ਆਫ ਚੱਲ ਰਿਹਾ ਜੈਨਰ ਬਿਲਟਨ ਅਪਲਾਇੰਸਸ ਦੇ ਉੱਤੇ। 5 ਪੀਸ ਕਿਚਨਏਡ ਬਿਲਟਨ ਅਪਲਾਇੰਸਸ ਦਾ ਬੰਡਲ 14,000 ਦੀ ਰੈਗੂਲਰ ਪ੍ਰਾਈਸ ਤੇ 7,999 ਦਾ ਦੇ ਰਹੇ ਨੇ। ਵਾਸ਼ਰ ਐਂਡ ਡਰਾਇਰ ਕੋਂਬੋ 1899 ਦਾ ਤੇ ਇੰਟਰਸੈਕਸ਼ਨ ਮਿਸੀਸਾਗਾ ਐਂਡ ਸਟੀਲਜ਼ ਦਾ 30 ਰਿਵਰ ਮਾਊਂਟ ਰੋਡ ਬ੍ਰੈਂਪਟਨ 905-450-0054। ਤੇ ਕੈਨੇਡੀਅਨ LIC ਯਾਦ ਰੱਖੋ ਹਮੇਸ਼ਾ ਮਿੱਤਰੋ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਹੁੰਦੇ ਆ, ਹਮੇਸ਼ਾ ਯਾਦ ਰੱਖੋ ਹਰਪ੍ਰੀਤ ਪੁਰੀ ਜੀ ਲੀਡ ਕਰ ਰਹੇ ਹੈਗੇ ਨੇ 416-543-9000 ਤੇ ਹਾਇਰਿੰਗ ਵੀ ਚੱਲ ਰਹੀ ਹੈ। ਜਿਹੜੇ ਵੀਰ ਭਾਈ ਸੱਜਣਾ ਨੂੰ ਲੱਗਦਾ ਆਪਣਾ ਕਰੀਅਰ ਇੰਸ਼ੋਰੈਂਸ ਲਾਈਨ ਦੇ ਵਿੱਚ ਬਣਾਉਣਾ ਹੈ ਜ਼ਰੂਰ ਕਾਲ ਕਰੋ। ਡਰਾਈਵ ਟੂ ਇਮੀਗ੍ਰੇਸ਼ਨ, ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਵੀ ਕੰਮ ਹੈਗਾ ਸੰਦੀਪ ਸਿੰਘ ਸਾਹਿਬ ਨੂੰ ਹਮੇਸ਼ਾ ਯਾਦ ਰੱਖੋ 6-473-9025 647-673-9025। ਤੇ ਹੋਲੇਜ ਨੈਟਵਰਕ ਡਰਾਈਵਿੰਗ ਅਕੈਡਮੀ ਇਨਕਾਰਪੋਰੇਸ਼ਨ ਟਰੱਕ ਡਰਾਈਵਰੀ ਸਿੱਖਣੀ ਹੈ, ਪਲਵਿੰਦਰ ਸਿੰਘ ਗਿੱਲ ਸਾਹਿਬ ਨੂੰ ਹਮੇਸ਼ਾ ਯਾਦ ਰੱਖੋ। ਵੱਡੀ ਜਾਣਕਾਰੀ ਦੂਰ ਦੁਰਾਡੇ ਤੋਂ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਵਾਸਤੇ ਰਹਿਣ ਦਾ ਤੇ ਖਾਣ ਪੀਣ ਦਾ ਪ੍ਰਬੰਧ ਹੈ। ਤੇ ਗੂਗਲ ਦੀ ਰੇਟਿੰਗ ਜਾ ਕੇ ਚੈੱਕ ਕਰ ਲਓ ਮਿੱਤਰੋ, 5 out of 5 ਦੀ ਰੇਟਿੰਗ ਹੈਗੀ ਹੈ। 6-473-3-4194 ਤੇ ਸਾਂਝ ਰੇਡੀਓ ਦਾ ਵੇਰਵਾ ਦਿਓ, ਬਣਦਾ ਹੋਇਆ ਤੁਹਾਨੂੰ ਡਿਸਕਾਊਂਟ ਵੀ ਦਿੱਤਾ ਜਾਊ। ਬਿਲਕੁਲ ਜੀ, ਤੇ ਨਾਲ ਦੀ ਨਾਲ ਨੰਬਰ ਵੀ ਸਾਨੂੰ ਲੱਭ ਗਿਆ ਸਿੰਘ ਕਿਚਨ ਕੈਬੀਨੇਟ ਦਾ, ਨੰਬਰ 647-201-5569
201-5569 ਤੇ ਸਿੰਘ ਕਿਚਨ ਕੈਬਨਿਟ ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ। ਬਿਲਕੁਲ ਮਿੱਤਰੋ, ਤੇ ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ ਤੇ $500 ਦਾ ਡਿਸਕਾਊਂਟ ਮਿਲੂਗਾ ਜੇ ਸਾਂਝ ਰੇਡੀਓ ਟੋਰਾਂਟੋ ਦਾ ਰੈਫਰੈਂਸ ਦੋਗੇ। ਜਲਦੀ ਡੇਟਾਂ ਦਵਾਉਂਦੇ ਨੇ, ਵੱਡੀ ਗੱਲ ਜੋਬ ਲਗਵਾ ਕੇ ਦਿੰਦੇ ਨੇ, ਜਿਹਦੀ ਭਾਲ ਦੇ ਵਿੱਚ ਅਸੀਂ ਸਾਰੇ ਫਿਰਦੇ ਰਹਿੰਦੇ ਹਾਂ। ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ 6472963438 ਤੇ ਕੋਈ ਵੀ ਪ੍ਰੋਪਰਟੀ ਖਰੀਦਣੀ ਹੈ, ਵੇਚਣੀ ਹੈ, ਇਨਵੈਸਟਮੈਂਟ ਵਾਸਤੇ ਦੇਖ ਰਹੇ ਹੋ, ਗੁਰਤਾਜ ਕੌਰ ਤੱਗੜ ਜੀ ਨੂੰ ਹਮੇਸ਼ਾ ਯਾਦ ਰੱਖੋ। 6479191002 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਬਾਈ ਜੀ ਹੁਣ ਅੱਜ ਦੇ ਲਈ ਲੈਂਦੇ ਹਾਂ ਇਜਾਜ਼ਤ। ਬਿਲਕੁਲ ਜੀ, ਤੇ ਉਮੀਦ ਹੈ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਣਾ ਜੀ, ਤੇ ਬਿਲਕੁਲ ਹਮੇਸ਼ਾ ਸਾਂਝ ਪਾਇਆ ਕਰੋ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ, ਤੇ ਕੱਲ ਨੂੰ ਵੀ ਤੁਹਾਡੇ ਲਈ ਪੇਸ਼ ਕਰਾਂਗੇ ਕੁਝ ਵਧੀਆ ਐਂਟਰਟੇਨਮੈਂਟ ਦੇ ਲਈ, ਤੇ 9 to 10 ਤੁਹਾਡੇ ਰੂਬਰੂ ਹੋਵਾਂਗੇ AM 530 ਤੇ। ਤੇ ਬਿਲਕੁਲ ਹਮੇਸ਼ਾ ਜ਼ਿੰਦਗੀ ਦੇ ਵਿੱਚ ਇਨਸਾਨ ਦੇ ਵਿੱਚ ਹਰ ਇੱਕ ਚੀਜ਼ ਨਹੀਂ ਹੁੰਦੀ ਵੀ ਉਹ ਹਰ ਚੀਜ਼ ਨੂੰ ਸਾਂਭ ਸਕੇ, ਕੁਛ ਕੁ ਚੀਜ਼ਾਂ ਸਾਨੂੰ ਰੱਬ ਤੇ ਵੀ ਛੱਡਣੀ ਪੈਂਦੀਆਂ ਨੇ, ਤੇ ਹਮੇਸ਼ਾ ਸਾਨੂੰ ਰੱਬ ਤੇ ਵਿਸ਼ਵਾਸ ਤੇ ਫੇਥ ਜ਼ਰੂਰ ਰੱਖਣਾ ਚਾਹੀਦਾ ਹੈ। ਕਈ ਵਾਰ ਅਸੀਂ ਛੋਟੀ ਜਿਹੀ ਗਲਤੀ ਦੇ ਵਿੱਚ ਰਹਿ ਕੇ ਰਹਿ ਜਾਂਦੇ ਹਾਂ ਵੀ ਅਸੀਂ ਅੱਗੇ ਕੁਛ ਨਹੀਂ ਕਰਨਾ, ਪਰ ਆਉਣ ਵਾਲਾ ਟਾਈਮ ਜਿਹੜਾ ਰੱਬ ਸਾਡੇ ਲਈ ਲੈ ਕੇ ਆਉਂਦਾ ਸਾਨੂੰ ਨਹੀਂ ਪਤਾ ਹੁੰਦਾ, ਬਹੁਤ ਵਧੀਆ ਹੀ ਕਰਦਾ ਹਮੇਸ਼ਾ। ਬਿਲਕੁਲ ਬਿਲਕੁਲ, ਜਾਂਦੇ ਜਾਂਦੇ ਉਮਰਪ੍ਰੀਤ ਚਾਵਲਾ ਜੀ ਦਾ ਨੰਬਰ ਵੀ ਨੋਟ ਕਰ ਲਓ ਮਿੱਤਰੋ, ਜੇ ਇਨਸ਼ੋਰੈਂਸ ਲੈਣੀ ਹੈਗੀ, ਲਾਈਫ ਇਨਸ਼ੋਰੈਂਸ, ਡਿਸੇਬਿਲਿਟੀ, ਸੁਪਰ ਵੀਜ਼ਾ, ਵਿਜ਼ਿਟਰ, ਇੱਕੋ ਇੱਕ ਨੰਬਰ 6474641616 ਤੇ। ਅੱਜ ਲਈ ਲੈਂਦੇ ਹਾਂ ਇਜਾਜ਼ਤ, ਆਪਣਾ ਧਿਆਨ ਰੱਖਿਓ, ਪੋਜ਼ਿਟਿਵ ਰਹੋ, ਆਪਣੇ ਇਰਦ ਗਿਰਦ ਦਾ ਧਿਆਨ ਰੱਖਿਓ, ਆਪਣੇ ਮਾਪਿਆਂ ਦਾ ਹਮੇਸ਼ਾ ਰਿਸਪੈਕਟ ਕਰਦੇ ਰਹੋ ਤੇ ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹੋ। ਧੰਨਵਾਦ। ਬਿਲਕੁਲ ਜੀ, ਇੱਥੇ ਲੈਂਦੇ ਹਾਂ ਇਜਾਜ਼ਤ, ਮਿਲਾਂਗੇ ਕੱਲ ਨੂੰ, ਤੇ ਬਿਲਕੁਲ ਹੈਪੀ ਬਰਥਡੇ ਬੱਬੂ ਮਾਂ ਜੀ ਦਾ ਗਾਣਾ ਲਾ ਕੇ ਛੱਡ ਚੱਲੇ ਹਾਂ, ਤੇ ਕੱਲ ਮਿਲਾਂਗੇ ਤੁਹਾਨੂੰ ਤੁਹਾਡੇ ਆਪਣੇ ਪ੍ਰੋਗਰਾਮ ਤੇ। ਖਿਆਲ ਰੱਖੋ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਰੱਬ ਰੱਖੇ।